तकरीबन 20-25 साल तो बई जी आलूआं की खेती करते हैं, 5 किले अपनी जमीन आते 40 किलियां की खेती करते हैं। कहते नछेड़ी ने जी पंजाब तो आए हैं फलाना तिकड़ा बहुत कुछ लोग बोलते हैं, पर लेकिन नहीं, जिहड़ी चीज़ पंजाब दे विच आ इह तुहानूं किते भी नहीं मिलनी हैगी। मैनू लगता देख के तुसीं 40-50 लाख की तो मशीनरी खड़ी करी हुई है ना जी, बद खड़ी होनी साडे कोल बद होऊगा। हां ट्रैक किसानी अंदोलन वांग जिहड़ी चीज़ सीगी छन। अच्छा ये ਘਰੇ ਤਾਂ ਆਧੁਨਿਕ ਬਣਾ ਲਈ ਚੰਨ ਤੁਸੀਂ, ਉੱਥੇ ਤਾਂ ਦੂਏ ਲੋੜ ਸੀ ਹੈ ਨਾ। ਨਾ ਇੱਥੇ ਪੱਕੀ ਬਣਾ ਲਈਏ ਆਪਾਂ ਨੇ ਵੀ ਯਾਦ ਰਹੇ ਬੰਦੇ ਨੂੰ। ਇੱਥੇ ਤਾਂ ਮੈਂ ਕਿਹਾ ਰਾਜੇ ਨੇ ਲੋਕ, ਠੀਕ ਆ ਨਹੀਂ ਠੀਕ ਆ, ਚਲੋ ਲੋਕ ਭੰਡਦੇ ਨੇ ਜੀ ਇਹ ਨਸ਼ੇੜੀ ਨੇ ਜੀ ਇਹ ਫਲਾਣਾ ਨੇ, ਕੋਈ ਨਸ਼ੇੜੀ ਦਿਖਾਓ ਤਾਂ ਸਹੀ ਕੋਈ ਨਸ਼ੇੜੀ। ਜਿੰਨਾ ਬਾਹਰ ਕੰਮ ਕਰਦਾ ਬੰਦਾ ਜੇ ਇੰਨਾ ਕੰਮ ਇੱਥੇ ਕਰੇ ਤਾਂ ਬਾਹਰ ਨਾਲ 3 ਰੁਪਏ ਕਮਾਊਗਾ ਬੰਦਾ ਇੱਥੇ। ਫਿਰ ਬੱਚੇ ਵੀ ਤੁਹਾਡੇ ਨਾਲ ਕਰਾਉਂਦੇ ਨੇ ਸਾਰਾ? ਸਾਰੇ ਬੱਚੇ ਹੀ, ਮਤਲਬ ਸ਼ੌਂਕ ਬੱਚਿਆਂ ਦਾ ਹੀ ਆ ਇਹ। ਵੱਧ ਤੋਂ ਵੱਧ ਮੁਨਾਫਾ 50,000 ਰੁਪਇਆ ਲਾ ਕੇ ਕਿੰਨਾ ਲੈ ਸਕਦੇ ਹੋ, ਕਿੰਨਾ ਕੁ ਮੁਨਾਫਾ ਹੋ ਜਾਂਦਾ ਇਹ ਦੇਖੋ ਜੇ ਕਈ ਵਾਰੀ ਦੇਖੋ ਪੀਕ 'ਤੇ ਆ ਰੇਟ। ਹਾਂ ਪਿਛਲੇ ਸਾਲ ਅਸੀਂ 1.5-1.5 ਲੱਖ ਰੁਪਇਆ ਵੀ ਕਿੱਲੇ ਦਾ ਵੱਟਿਆ। ਅੱਛਾ 1.5-2। ਹਾਂ ਦਿੰਦੇ ਹੋ ਕਿਸਾਨਾਂ ਨੂੰ ਦਿੰਦੇ ਹੋ ਮਸ਼ੀਨਾਂ ਜਾਂ ਇਹ? ਅਸੀਂ ਤੇ ਮੈਂ ਹਾਂ ਰੋਟਾਵੇਟਰ ਆ। ਹਾਂ ਲੋਕ ਜਿਵੇਂ ਮਤਲਬ 1,000 ਰੁਪਏ ਦਿਹਾੜੀ ਲੈਂਦੇ ਨੇ, ਅਸੀਂ ਮਤਲਬ ਘੱਟ ਤੋਂ ਘੱਟ 500-600 ਰੁਪਏ ਦਿਹਾੜੀ 'ਤੇ ਘੱਟ ਤੋਂ ਘੱਟ ਸੰਦ ਦੇਈ ਨੇ। ਅੱਛਾ ਅੱਧ ਰੇਟ 'ਤੇ? ਹਾਂ ਅੱਧ ਰੇਟ 'ਤੇ ਦੇਈ ਦੇ ਨੇ ਵੀ ਕੋਈ ਗੱਲ ਨਹੀਂ, ਸੇਵਾ ਹੀ ਹੈ ਵੀ ਹੈ ਨਹੀਂ। ਜੇ ਮੰਨ ਲਓ ਤੁਸੀਂ ਪਾਕਿਸਤਾਨ ਦੀ ਤੁਸੀਂ ਗੱਲ ਕੀਤੀ ਆ, ਜੇ ਮੰਨ ਲਓ ਆਲੂ ਇੱਧਰੋਂ ਉੱਧਰ ਨੂੰ ਜਾਵੇ ਸਿੱਧਾ, ਫਿਰ ਤਾਂ ਮੈਂ ਕਹਿੰਦਾ ਬਹੁਤ ਜ਼ਿਆਦਾ ਮੁਨਾਫਾ। ਫਿਰ ਤਾਂ ਮਤਲਬ ਤੁਸੀਂ ਸਮਝ ਲਾ ਲਓ ਵੀ ਅਮਰੀਕਾ ਕੀ ਕੈਨੇਡਾ ਨੂੰ ਵੀ ਫੇਲ ਕਰਦੇ ਹਾਂ ਅਸੀਂ, ਅਗਰ ਇੱਥੋਂ ਮਤਲਬ ਇਹ ਰੈਕ ਲਾਈ ਜਾਣ। ਨੌਕਰ ਹੈਗੇ ਨੇ ਪਰ ਨੌਕਰ ਦੇ ਨਾਲ ਆਪ ਕੰਮ ਕਰਨਾ। ਅੱਛਾ ਆਪ ਰਿਓ ਪਾਉਣਾ, ਆਪ ਨੱਕੇ ਛੱਡਣੇ ਨੇ, ਆਪ ਸਾਰਾ ਆਲੂ ਅਸੀਂ ਆਪ ਬਾਹਰ ਅਸੀਂ ਆਪ ਕਰਨੀ ਆ, ਡਰਾਈਵਰ ਨੂੰ ਨਹੀਂ ਅਸੀਂ ਟਰੈਕਟਰ ਦਿੰਦੇ ਹੈਗੇ ਆਪਣੇ। ਅਕਸਰ ਅਸੀਂ ਸੁਣਦੇ ਹਾਂ ਇੱਕ ਪ੍ਰੋਪੇਗੰਡਾ ਬੜੇ ਜ਼ੋਰਾਂ ਸ਼ੋਰਾਂ 'ਤੇ ਚਲਾਇਆ ਜਾਂਦਾ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਬਚਿਆ, ਨੌਜਵਾਨ ਇਸੇ ਕਰਕੇ ਵਿਦੇਸ਼ਾਂ ਨੂੰ ਭੱਜ ਰਹੇ ਨੇ, ਪਰ ਕੀ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਸੱਚੀਓਂ ਕੁਝ ਨਹੀਂ ਬਚਿਆ ਜਾਂ ਸਾਡੀ ਸੋਚ ਹੈ? ਗੱਲਬਾਤ ਕਰਦੇ ਹਾਂ, ਸਾਡੇ ਨਾਲ ਨੇ ਇਹ ਖੇਤ ਤੁਸੀਂ ਦੇਖ ਲਓ ਪਹਿਲਾਂ, ਇਹਨਾਂ ਖੇਤਾਂ ਦੇ ਵਿੱਚ ਆਲੂ ਲੱਗੇ ਹੋਏ ਨੇ, ਤਕਰੀਬਨ 20-25 ਸਾਲਾਂ ਤੋਂ ਬਾਈ ਜੀ ਆਲੂਆਂ ਦੀ ਖੇਤੀ ਕਰਦੇ ਨੇ, 5 ਕਿੱਲੇ ਆਪਣੀ ਜ਼ਮੀਨ ਆ ਅਤੇ 40 ਕਿੱਲਿਆਂ ਦੀ ਖੇਤੀ ਕਰਦੇ ਨੇ। ਗੱਲਬਾਤ ਕਰਦੇ ਹਾਂ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੈਂ ਪਹਿਲਾਂ ਹੀ ਸ਼ੁਰੂਆਤ ਕੀਤੀ ਆ ਵੀ ਕਹਿੰਦੇ ਪੰਜਾਬ ਦੇ ਵਿੱਚ ਕੁਝ ਨਹੀਂ ਬਚਿਆ, ਨੌਜਵਾਨ ਆਪਣੇ ਬਾਹਰ ਨੂੰ ਭੱਜੀ ਜਾਂਦੇ ਨੇ, ਤੁਸੀਂ 5 ਕਿੱਲੇ ਤੁਹਾਡੇ ਆਪਣੇ ਨੇ, 40 ਕਿੱਲਿਆਂ ਦੀ ਖੇਤੀ ਕਰਦੇ ਹੋ, ਇਹ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸ਼ੁਰੂਆਤ ਤਾਂ ਇਹ ਗੱਲ ਦੀ ਆ ਵੀ ਮਤਲਬ ਦੇਖੋ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਜਿਹੜੀਆਂ ਹੈਗੀਆਂ ਨੇ ਮਾੜੀਆਂ ਮੋਟੀਆਂ, ਜਾਂ ਦਿੱਲੀ ਅਸੀਂ ਜਾਂਦੇ ਧਾਨੇ ਦੇ ਵਿੱਚ ਜਦ ਵੀ ਲੋਕ ਕਹਿੰਦੇ ਨਛੇੜੀ ਨੇ ਜੀ ਪੰਜਾਬ ਤਾਂ ਆਏ ਹਾਂ ਫਲਾਣਾ ਤਿਕੜਾ, ਬਹੁਤ ਕੁਛ ਲੋਕ ਬੋਲਦੇ ਨੇ, ਪਰ ਲੇਕਿਨ ਨਹੀਂ, ਜਿਹੜੀ ਚੀਜ਼ ਪੰਜਾਬ ਦੇ ਵਿੱਚ ਆ ਇਹ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਹੈਗੀ, ਕਿਉਂਕਿ ਦੇਖੋ ਇੱਕ ਤਾਂ ਇਮਾਨਦਾਰ ਲੋਕ ਜਿੰਨੇ ਹੈਗੇ ਨੇ ਉਹ ਪੰਜਾਬ ਦੇ ਵਿੱਚ ਤੁਹਾਨੂੰ ਮਿਲਣਗੇ, ਕੋਈ ਲੰਗਰ ਤੋਂ ਭੁੱਖਾ ਨਹੀਂ ਮਰਦਾ, ਇੱਕ ਪੰਜਾਬ ਇਹੋ ਜਿਹੀ ਜਗ੍ਹਾ ਵੀ ਜਿੱਥੇ ਕੋਈ ਬੰਦਾ ਭੁੱਖਾ ਨਹੀਂ ਸੌਂਦਾ ਹੈਗਾ, ਹਰੇਕ ਬੰਦਾ ਮਤਲਬ ਕੁਛ ਨਾ ਕੁਛ ਖਾ ਕੇ ਸੌਂਦਾ। ਅਤੇ ਦੂਜੀ ਗੱਲ ਇਹ ਆ ਖੇਤੀਬਾੜੀ ਦੇਖ ਲਓ, ਮੇਰੇ ਕੋਲ 5 ਕਿੱਲੇ ਜ਼ਮੀਨ ਦੇ ਨੇ, ਠੀਕ ਆ, ਮੇਰੇ 3 ਬੱਚੇ ਨੇ, ਇੱਕ 2 ਲੜਕੀਆਂ ਨੇ ਮੇਰੇ ਅਤੇ 1 ਲੜਕਾ, ਮੇਰੇ ਦੋਨੇ ਵਧੀਆ ਵਿਆਹ ਕੀਤੇ ਨੇ, ਜਿਹੋ ਜਿਹੇ ਮਤਲਬ ਹੁੰਦੇ ਨੇ ਉਦੋਂ ਵਧੀਆ ਮਤਲਬ ਕੰਮ ਕੀਤਾ। ਆਲੂਆਂ ਦੀ ਖੇਤੀ ਕਰਦੇ ਨੂੰ ਘੱਟ ਤੋਂ ਘੱਟ ਵੀ ਤੁਸੀਂ ਹਿਸਾਬ ਲਾ ਲਓ ਵੀ ਮੇਰੀ 50 ਸਾਲ ਦੀ ਉਮਰ ਹੋ ਗਈ। ਅੱਛਾ ਉਦੋਂ ਬਾਅਦ ਸਾਡੇ ਫਾਦਰ ਉਹਨੀ ਕਰਦੇ ਹੁੰਦੇ ਸੀ ਜਦੇ ਅਸੀਂ ਮਤਲਬ ਆਲੂਆਂ ਦੇ ਨਾਲ ਜੁੜੇ ਹੋਏ ਹਾਂ। ਅੱਛਾ ਤਕਰੀਬਨ ਕਿੰਨੇ ਕੁ ਸਾਲ ਹੋ ਗਏ? ਤਕਰੀਬਨ ਤੁਸੀਂ ਲਾ ਲਓ ਵੀ ਸਾਨੂੰ 45-50 ਸਾਲ ਦੀ ਲਗਭਗ ਮਤਲਬ ਸਾਨੂੰ ਆਲੂਆਂ ਦਾ ਕੰਮ ਕਰਦੇ ਨੂੰ ਹੋ ਗਏ, ਲਗਾਤਾਰ ਅਸੀਂ ਆਲੂਆਂ ਦਾ ਕੰਮ ਕਰਦੇ ਹਾਂ। ਸਾਡੇ ਮਤਲਬ ਹੁਣ ਵੀ ਮੇਰੇ ਕੋਲ 40 ਕਿੱਲੇ ਆਲੂਆਂ ਦੇ ਨੇ, ਅਤੇ ਮੈਂ ਮਤਲਬ ਕਣਕ ਨਹੀਂ ਹੈਗੀ ਮੇਰੇ ਕੋਲ ਜਮੇ ਜਮੀਨ ਨਾ, ਇੱਕ ਦਾਣਾ ਵੀ ਕਣਕ ਦਾ ਨਹੀਂ ਹੈਗਾ, ਕਈ ਵਾਰੀ ਤਾਂ 10 ਕੁਇੰਟਲ 20 ਕੁਇੰਟਲ ਆਪਣੀ ਮੁੱਲ ਲਈ ਦੀ ਆ ਕਣਕ ਖਾਣ ਵਾਸਤੇ, ਅਤੇ ਹੁਣ ਉਹ ਤੋਂ ਬਾਅਦ ਫਿਰ ਅਸੀਂ ਮਤਲਬ ਆਲੂ ਪੱਟ ਕੇ ਅਤੇ ਮਤਲਬ ਮੱਕੀ ਲਾਵਾਂਗੇ, ਮੱਕੀ ਤੋਂ ਬਾਅਦ ਧਾਨ ਲਾਵਾਂਗੇ। ਅੱਛਾ ਮਤਲਬ ਜਿਹੜੇ ਲੋਕ ਬਾਹਰ ਨੂੰ ਜਾਂਦੇ ਨੇ, ਬਾਹਰ ਉੱਥੇ ਲੋਕ ਜਾ ਕੇ ਦਿਹਾੜੀਆਂ ਕਰਦੇ ਨੇ, ਇੱਥੇ 1 ਬੰਦਾ ਕਮਾਉਂਦਾ ਅਤੇ 10 ਖਾਂਦੇ ਨੇ, ਜੇ 10 ਬੰਦੇ ਹੀ ਕਮਾਉਣ ਤਾਂ ਕੈਨੇਡਾ ਕੀ ਆ? ਤਾਂ ਸਾਡੇ ਮੂਹਰੇ ਕੋਈ ਕੈਨੇਡਾ ਨਹੀਂ ਹੈਗੀ, ਕਿਉਂਕਿ ਜਿਹੜਾ ਸਾਡੇ ਨਾਲੋਂ ਅਮੀਰ ਕੋਈ ਨਹੀਂ ਹੈਗਾ, ਮੈਂ ਇਹ ਵੀ ਜਾਣਦਾ। ਕਾਰਨ ਕੀ ਆ ਇਹਦੇ ਵਿੱਚ? ਦੇਖੋ ਇੱਥੇ ਬਹੁਤ ਬੰਦੇ ਨੇ ਸਾਡੇ ਆ ਕੇ ਕਹਿੰਦੇ ਨੇ ਜੀ ਕੈਨੇਡਾ ਗਏ ਹਾਂ ਜੀ, ਉੱਥੇ ਦੇ ਮਤਲਬ ਕੋਈ ਬੰਦੇ ਨੇ ਕਹਿੰਦੇ ਸਵਾਲ ਪਾਇਆ, ਚੱਲ ਨੌ ਤਾਂ ਕੀ ਲੈਣਾ ਬੰਦੇ ਦਾ ਆਪਾਂ ਨੇ, ਉਹ ਕਹਿੰਦਾ ਵੀ ਉੱਥੇ ਦੇ ਡੰਗਰ ਅਤੇ ਇੱਥੇ ਦੇ ਬੰਦੇ,
ਤੇ ਉਹਨੂੰ ਮੈਂ ਸਵਾਲ ਕੀਤਾ ਮੈਂ ਕਿਹਾ ਵੀ ਗੱਲ ਸੁਣ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਤੇਰੀ ਲਾਦ ਤੈਨੂੰ ਰੋਟੀ ਨਹੀਂ ਦਿੰਦੀ ਬਾਹਰ ਅਸੀਂ ਇੱਕ ਬੰਦਾ ਕਮਾਉਂਦਾ ਸਾਡੇ 40-40 ਮੈਂਬਰ ਖਾਂਦੇ ਨੇ ਅਸੀਂ ਮੈਂ ਕਿਹਾ ਦੇਖੋ ਹੁਣ 8 ਵਜੇ ਉੱਠ ਕੇ ਆਏ ਹਾਂ ਆਰਾਮ ਨਾਲ ਕੁਰਸੀਆਂ ਦੇ ਉੱਤੇ ਬੈਠੇ ਹਾਂ ਧੁੱਪਾਂ ਸੇਕਦੇ ਹਾਂ ਤੁਸੀਂ ਆਪਣੇ ਜਾ ਕੇ ਉੱਥੇ ਸੇਕ ਕੇ ਦਿਖਾਓ ਤੁਸੀਂ ਬਿਨਾਂ ਕੰਮ ਦੇ ਰੋਟੀ ਖਾ ਕੇ ਦਿਖਾਓ ਬਾਹਰ ਜਾ ਕੇ ਇੱਥੇ ਤਾਂ ਮੈਂ ਕਿਹਾ ਰਾਜੇ ਨੇ ਲੋਕ ਠੀਕ ਆ ਨਹੀਂ ਠੀਕ ਆ ਚਲੋ ਲੋਕਾਂ ਲੋਕ ਭੰਡਦੇ ਨੇ ਜੀ ਇਹ ਨਸ਼ੇੜੀ ਨੇ ਜੀ ਇਹ ਫਲਾਣਾ ਨੇ ਕੋਈ ਨਸ਼ੇੜੀ ਦਿਖਾਓ ਤਾਂ ਸਹੀ ਕੋਈ ਨਸ਼ੇੜੀ ਸਾਡੇ ਪਿੰਡ ਦੇ ਵਿੱਚ ਘੁੰਮੋ ਕੋਈ ਨਸ਼ੇੜੀ ਬੰਦਾ ਲਗਾ ਲੱਭ ਕੇ ਦਿਖਾਉਣ ਮੈਨੂੰ ਇਹ ਠੀਕ ਆ ਨਹੀਂ ਮਤਲਬ ਇਹ ਤਾਂ ਲੋਕਾਂ ਦੀਆਂ ਕਹਿਣ ਦੀਆਂ ਗੱਲਾਂ ਨੇ ਮੈਂ ਤਾਂ ਇਹ ਕਹਿਣਾ ਵੀ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਆਪਣਾ ਇੱਥੇ ਵਧੀਆ ਖੇਤੀ ਕਰੋ ਠੀਕ ਆ ਨਹੀਂ ਵਧੀਆ ਪ੍ਰੋਪਰ ਜਿਵੇਂ ਕੰਮ ਜਿੰਨਾ ਬਾਹਰ ਕੰਮ ਕਰਦਾ ਬੰਦਾ ਜੇ ਇੰਨਾ ਕੰਮ ਇੱਥੇ ਕਰੇ ਤਾਂ ਬਾਹਰ ਨਾਲੋਂ 3 ਰੁਪਈਏ ਕਮਾਊਗਾ ਬੰਦਾ ਇੱਥੇ ਕਿਉਂਕਿ ਇੱਥੇ ਕੰਮ ਘੱਟ ਕਰਦੇ ਥੋੜ੍ਹਾ ਜਿਹਾ ਲੋਕ ਕਿਉਂਕਿ ਘਰ ਦੇ ਵਿੱਚ 1 ਕਮਾਉਂਦਾ 10 ਖਾਂਦੇ ਨੇ ਤਾਂ ਇਸ ਕਰਕੇ ਵੀ ਹਰੇਕ ਬੰਦੇ ਨੂੰ ਕਮਾਈ ਕਰਨੀ ਚਾਹੀਦੀ ਹੈ ਘਰ ਦੇ ਵਿੱਚ ਜਿੰਨੇ ਮੈਂਬਰ ਨੇ ਸਾਰਿਆਂ ਨੂੰ ਕੰਮ ਕਰੋ ਹੱਥੀਂ ਕੰਮ ਕਰੋ ਤਾਂ ਇੱਥੇ ਮਤਲਬ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ ਔਰ ਤੁਸੀਂ ਦੇਖ ਲਓ ਆਲੂ ਖੜੇ ਨੇ ਸਾਰੇ ਆਲੇ ਦਾਲੇ ਹਾਂ ਤੇ ਜਿਵੇਂ ਆਲੂ ਦੀ ਤੁਸੀਂ ਖੇਤੀ ਸ਼ੁਰੂ ਕੀਤੀ ਆ ਜੇ ਕਿਸੇ ਨੇ ਮੰਨ ਲਓ ਡਾਈਵਰਸੀਫਿਕੇਸ਼ਨ ਦੀ ਗੱਲ ਚੱਲਦੀ ਆ ਬਦਲਾ ਖੇਤੀ ਦੇ ਵਿੱਚ ਬਦਲਾ ਕਹਿੰਦੇ ਹੋਣਾ ਚਾਹੀਦਾ ਪਰ ਮੈਂ ਦੇਖਿਆ 25-25 ਕਿੱਲੇ ਵਾਲੇ ਵੀ ਅੱਜ ਦੇ ਸਮੇਂ ਦੇ ਵਿੱਚ ਆਪਣੀਆਂ ਜ਼ਮੀਨਾਂ ਵੇਚ ਕੇ ਸਿੱਧਾ ਕਹਿੰਦੇ ਨੇ ਕੈਨੇਡਾ ਜਹਾਜ਼ ਚੜ੍ਹਨਾ ਅਸੀਂ ਉਹ ਬੰਦੇ ਮਤਲਬ ਤੁਹਾਡੇ ਕੋਲ 5 ਕਿੱਲੇ ਕਿੱਥੇ 25 ਕਿੱਲੇ ਵਾਲੇ ਮੈਂ ਜਾਣਦਾ ਵੀ ਹਾਂ ਕਈ ਬੰਦੇ ਮੇਰੇ ਨਾਲ ਦੇ ਹੀ ਗਏ ਨੇ ਤਾਂ ਉਹ ਕਿਉਂ ਚਲੇ ਗਏ ਫਿਰ 25 ਕਿੱਲੇ ਛੱਡ ਕੇ ਇੱਥੇ ਬਾਈ ਜੀ ਗੱਲ ਇਹ ਆ ਵੀ ਮਤਲਬ ਜਿਹੜੇ ਬੰਦੇ ਜਾਂਦੇ ਨੇ 25 ਕਿੱਲੇ ਵਾਲੇ ਉਹਨਾਂ ਨੇ ਵੱਟ ਤੇ ਗੱਡੀ ਲਿਆਉਣੀ ਆ ਬਾਹਰ ਖੜ ਕੇ ਹੱਥ ਮਾਰਨਾ ਨੌਕਰ ਨੂੰ ਚਾਹ ਵੀ ਉੱਥੇ ਹੀ ਫੜਾ ਜਾਣੀ ਆ ਆ ਕੇ ਨੱਕੇ ਤੇ ਨਹੀਂ ਦੇਖਣਾ ਵੀ ਸਾਡਾ ਪਾਣੀ ਕਿੱਥੇ ਪੈਂਦਾ ਬਾਈ ਜੀ ਅਸੀਂ ਵੀ ਇਹ ਕੰਮ ਕਰੀਏ ਅਸੀਂ ਵੀ ਵੇਚ ਦਾਂਗੇ ਜਿਵੇਂ ਉੱਥੇ ਜਾ ਕੇ ਲੋਕ ਝਾੜੂ ਮਾਰਦੇ ਨੇ ਲੈਟਰਿੰਗਾਂ ਸਾਫ਼ ਕਰਦੇ ਨੇ ਪੈਸਾ ਕਮਾਉਂਦੇ ਨੇ ਬਾਹਰ ਜਾ ਕੇ ਠੀਕ ਆ ਨਹੀਂ ਇੱਥੇ ਜੇ ਆਪਣੇ ਨੱਕੇ ਤੇ ਆ ਕੇ ਨੌਕਰ ਕੋਲ ਦੇਖ ਲੈਣ ਵੀ ਪਾਣੀ ਕਿਹੜੇ ਹਿਸਾਬ ਕਿਤਾਬ ਨਾਲ ਲਾਉਂਦੇ ਨੇ ਤਾਂ ਕਿਉਂ ਮਤਲਬ ਜ਼ਮੀਨਾਂ ਵਿਕਣ ਜ਼ਮੀਨ ਕਦੇ ਨਹੀਂ ਵਿਕਦੀ ਜੇ ਬੰਦਾ ਵਿੱਚ ਆ ਕੇ ਪ੍ਰੋਪਰ ਖੇਤ ਦੇਖੇ ਆਪਣੀ ਫਸਲ ਵਾੜੀ ਦੇਖੇ ਸੁਬਹਾ ਸ਼ਾਮ ਗੇੜਾ ਮਾਰੇ ਆਪਣੀ ਫਸਲ ਦੇ ਆਲੇ ਦੁਆਲੇ ਉੱਤੇ ਜੀ ਤਾਂ ਕਿਵੇਂ ਵਿਕ ਜੂਗੀ ਦੇਖਣਾ ਤਾਂ ਨਹੀਂ ਗੱਡੀ ਲਿਆਉਣੀ ਆ ਗੱਡੀ ਰੋਡ ਦੇ ਉੱਤੇ ਖੜਾ ਕਰਕੇ ਹੱਥ ਮਾਰ ਜਾਣਾ ਬਾਈ ਆਹ ਚਾਹ ਲੈ ਜੀ ਜਾ ਕੇ ਨੌਕਰ ਨੂੰ ਕਹਿ ਦੇਣਾ ਉਹ ਨੌਕਰ ਨੇ ਉੱਥੋਂ ਚਾਹ ਚੱਕ ਲਿਆਉਣੀ ਆ ਤੇ ਉਹ ਆਪੇ ਫਿਰ ਉਹਨੇ ਵੇਚਣੀ ਆਪਣੀ ਜ਼ਮੀਨ ਜਿਹੜੇ ਬੰਦੇ ਕੋਲ ਥੋੜੀ ਜ਼ਮੀਨ ਆ ਉਹ ਬੰਦੇ ਨੂੰ ਪਤਾ ਵੀ ਮੇਰੇ ਕੋਲ ਤਾਂ ਥੋੜੀ ਆ ਉਹ ਬੰਦੇ ਨੇ ਪ੍ਰੋਪਰ ਕੰਮ ਕਰ ਰਹੇ ਨੇ ਸਾਰੇ ਖੇਤ ਅਸੀਂ ਆਪ ਕੰਮ ਕਰਦੇ ਆ ਅਸੀਂ ਰਿਓ ਵੀ ਪਵਾਉਂਦੇ ਆ ਨੌਕਰ ਵੀ ਹੈਗੇ ਨੇ ਰੱਖੇ ਰਿਓ ਵੀ ਪਵਾਉਂਦੇ ਆ ਪਾਣੀ ਵੀ ਲਾਉਂਦੇ ਆ ਸਪਰੇ ਵੀ ਕਰਾਉਂਦੇ ਆ ਨਾਲ ਖੇਤ ਵੀ ਵਾਹੁੰਦੇ ਆ ਸਾਰਾ ਕੰਮ ਕਰਦੇ ਆ ਮੇਰੇ ਕੋਲ 3 ਟਰੈਕਟਰ ਰੱਖੇ ਹੋਏ ਨੇ ਠੀਕ ਆ ਨੀ ਇਸੇ ਸਿਰ ਤੇ ਇਸੇ ਖੇਤੀ ਦੇ ਸਿਰ ਤੇ ਹੀ ਨੇ ਅਸੀਂ ਕਿਹੜਾ ਮਤਲਬ 2 ਨੰਬਰ ਦਾ ਕੰਮ ਕਰਦੇ ਆ ਕੋਈ ਸਹੀ ਹੈ ਜੀ ਤੇ ਮਤਲਬ ਇਸ ਦੇ ਨਾਲ ਜੇ ਮੈਂ ਪੁੱਛਾਂ 40-45 ਸਾਲ ਤੁਸੀਂ ਕਹਿੰਦੇ ਹੋ ਖੇਤੀ ਕਰਦੇ ਨੂੰ ਹੋ ਗਿਆ ਆਲੂ ਦੀ ਖੇਤੀ ਦੇ ਵਿੱਚ ਇੱਕ ਕਿਹਾ ਜਾਂਦਾ ਵੀ ਸੱਟਾ ਆਲੂ ਦੀ ਖੇਤੀ ਕਈ ਵਾਰ ਤਾਂ ਰੋਡਾਂ 'ਤੇ ਵੀ ਸੁੱਟਦੇ ਨੇ ਕਈ ਵਾਰ ਅਸਮਾਨ ਹੀ ਛੂਹ ਜਾਂਦਾ ਇਹ ਮਸਲਾ ਕੀ ਆ ਦੇਖੋ ਇਹ ਤਾਂ ਹੈਗਾ ਮਤਲਬ ਗੌਰਮੈਂਟ ਦੇ ਥਰੂ ਕੰਮ ਆ ਸਾਰਾ ਹੀ ਇਹ ਹੈ ਤਾਂ ਸੱਟੇ ਹੀ ਇਹ ਦੇਖ ਲਓ ਇਹ 'ਚ ਕੋਈ ਬੜੀ ਗੱਲ ਨਹੀਂ ਪਰ ਲੇਕਿਨ ਬੰਦੇ ਨੂੰ ਡਰਨਾ ਨਹੀਂ ਚਾਹੀਦਾ ਕਿਸੇ ਚੀਜ਼ ਤੋਂ ਵੀ ਦੇਖੋ ਅੱਜ ਆਪਾਂ ਨੇ 100 ਰੁਪਏ ਮਾਲ ਵੇਚਿਆ 100 ਰੁਪਏ ਨੂੰ ਆਪਣੇ ਪੈਸੇ ਚਲੋ ਪੂਰੇ ਹੋ ਗਏ ਦਿਲ ਨਹੀਂ ਛੱਡਣਾ ਚਾਹੀਦਾ ਤੁਹਾਨੂੰ ਫੇਰ ਆਇਆ ਉਹ ਸਾਲੇ ਉਦੋਂ ਗਾਹਲਾ ਸਾਲ ਫੇਰ ਆਇਆ ਦੇਖੋ ਕਦੇ ਵੀ ਕੋਈ ਹੁਣ ਆਪਾਂ ਬਾਹਰ ਨੂੰ ਜਾਂਦੇ ਹਾਂ ਬਾਹਰ ਜਾ ਕੇ ਆਪਾਂ ਕਿਸੇ ਦੇ 30 ਲੱਖ ਰੁਪਏ ਲਾ ਕੇ ਬਾਹਰ ਭੇਜਦੇ ਹਾਂ ਬੰਦੇ ਨੂੰ ਉਹ ਬੰਦਾ ਜਾ ਕੇ ਬਾਹਰ ਮਰ ਜਾਵੇ ਆਪਣਾ ਐਕਸੀਡੈਂਟ ਹੋ ਜਾਵੇ ਜਾਂ ਕਿਸੇ ਚੀਜ਼ ਹੋ ਜਾਵੇ ਬਿਮਾਰੀ ਨਾਲ ਮਰ ਜਾਵੇ ਫਿਰ ਵੀ ਤਾਂ ਸਬਰ ਆਉਂਦਾ ਹੀ ਆ ਬੰਦੇ ਨੂੰ ਤਾਂ ਇੱਥੇ ਸਬਰ ਕਰ ਲਓ ਬੰਦੇ ਨੂੰ ਇੱਥੇ ਸਬਰ ਕਰ ਲੈਣਾ ਚਾਹੀਦਾ ਅਸੀਂ ਤਾਂ ਇਹੀ ਕਰਦੇ ਹਾਂ ਦੇਖੋ ਅਸੀਂ ਆਲੂ ਲਾਉਂਦੇ ਹਾਂ ਹੁਣ ਆਲੂ ਲਾਏ ਹੋਏ ਨੇ ਅਸੀਂ ਫਤਿਹਗੜ੍ਹ ਸਾਹਿਬ ਲੰਗਰ ਲੈ ਕੇ ਗਏ ਹੋਏ ਸੀ ਲੋਕ ਆਲੂ ਪੜਦੇ ਤੇ ਅਸੀਂ ਗੁਰੂ ਦੀ ਨਗਰੀ 'ਚ ਵਿੱਚ ਬੈਠੇ ਸੀ ਪਰ ਲੇਕਿਨ ਅਸੀਂ ਆਲੂ ਨਹੀਂ ਪੜਦੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਕੀ ਆ ਸਾਡਾ ਕੰਮ ਅਸੀਂ ਕਹਿੰਦੇ ਹਾਂ ਕੋਈ ਨਹੀਂ ਕੁਦਰਤ ਨੇ ਦੇਣਾ ਜੋ ਕੁਦਰਤ ਉਸ ਤੋਂ ਬੜੀ ਚੀਜ਼ ਕੋਈ ਨਹੀਂ ਹੈਗੀ ਸਭ ਤੋਂ ਬੜੀ ਕੁਦਰਤ ਜਾਂ ਉਹਨੇ ਦੇਣਾ ਕਹਿੰਦਾ ਉਹਨੇ ਥੋੜ੍ਹੀ ਜਗ੍ਹਾ 'ਚ ਹੀ ਦੇ ਦੇਣਾ ਅਗਰ ਤੁਹਾਨੂੰ ਸਬਰ ਆ ਅਗਰ ਤੁਹਾਨੂੰ ਸਬਰ ਨਹੀਂ ਹੈਗਾ ਤਾਂ ਤੁਹਾਡੇ ਕੋਲ ਜਿੱਡੀ ਮਰਜ਼ੀ ਪ੍ਰੋਪਰਟੀ ਆ ਤੁਹਾਨੂੰ ਸਬਰ ਆਉਣਾ ਹੀ ਹੈ ਨਹੀਂ ਤੁਸੀਂ ਤਾਂ ਭੁੱਖੇ ਦੇ ਭੁੱਖੇ ਹੀ ਰਹਿਣਾ ਕਿਉਂਕਿ ਅਸੀਂ ਸਾਰੇ ਬੰਦਿਆਂ ਨੂੰ ਮਿਲਦੇ ਰਹਿੰਦੇ ਹਾਂ ਬਾਹਰ ਅੰਦਰ ਜਾਂਦੇ ਰਹਿੰਦੇ ਹਾਂ ਕਿਉਂਕਿ ਜਿਹੜੇ ਜ਼ਿਆਦਾ ਰੱਜੇ ਹੋਏ ਨੇ ਉਹ ਜ਼ਿਆਦਾ ਭੁੱਖੇ ਨੇ ਤੁਸੀਂ ਕਦੇ ਵੀ ਦੇਖ ਲਓ ਤੁਸੀਂ ਗ੍ਰਾਹੀ ਕਰਦੇ ਹੋ ਲੰਗਰ 'ਚ ਜਾਂਦੇ ਹੋ ਜਿਹੜਾ ਛੋਟਾ ਬੰਦਾ ਹੋਊਗਾ ਉਹ ਤੁਹਾਨੂੰ 10 ਰੁਪਏ ਦਊ ਔਰ ਜਿਹੜਾ ਬੜਾ ਬੰਦਾ ਉਹ ਤੁਹਾਨੂੰ 2 ਰੁਪਏ ਦਊਗਾ ਹਕੀਕਤ ਹੈ ਨਹੀਂ ਹੈਗੀ ਇਹ ਪਿੰਡਾਂ ਦੇ ਵਿੱਚ ਹੈਗੀ ਅਸੀਂ ਬਹੁਤ ਫਿਰਦੇ ਹਾਂ ਹਰੇਕ ਬੰਦੇ ਕੋਲ ਜਾਂਦੇ ਹਾਂ ਤਕਰੀਬਨ ਸਾਡੇ 45 ਸਾਲ ਹੋ ਗਏ ਲੰਗਰ ਲੱਗਦੇ ਨੂੰ 45 ਸਾਲ ਲੰਗਰ ਚੱਲਦੇ ਨੂੰ ਹੋ ਗਏ ਇਹ ਮਤਲਬ ਸੇਹ ਪਿੰਡ ਦੇ ਵਿੱਚੋਂ ਇੱਕ ਪਿੰਡ ਦੀ ਅਸੀਂ ਗ੍ਰਾਹੀ ਕਰਦੇ ਹਾਂ ਦੂਏ ਪਿੰਡ 'ਚੋਂ ਗ੍ਰਾਹੀ ਕਰਨੀ ਜਾਂਦੇ ਹੈਗੇ ਮਹਾਰਾਜ ਦੀ ਇੰਨੀ ਮਿਹਰ ਆ ਮਤਲਬ ਇੱਕ ਪਿੰਡ 'ਚ ਹੀ ਬਾਬਾ ਪੂਰੀਆਂ ਫੁੱਲ ਕਿਰਪਾ ਦੇ ਦਿੰਦਾ ਜਿਹੜੇ ਉੱਥੇ ਲੋਕ ਤੁਹਾਨੂੰ 10-10 ਰੁਪਏ ਸੰਗਤ ਚੜ੍ਹਾਉਂਦੀ ਆ ਮਤਲਬ ਟੋਕਰੀ ਦੇ ਵਿੱਚ ਪਾਉਂਦੀਆਂ ਲੋ 10 ਨਹੀਂ ਮੁੱਕਦੇ ਹੈਗੇ ਉਹ ਕਹੋ ਸਹੀ ਗੱਲ ਆ ਕਹਿੰਦੇ ਬਾਬੇ ਨੇ 20 ਰੁਪਏ ਵਾਲਾ ਲੰਗਰ ਚਲਾਇਆ ਹੋਇਆ ਇਹ ਤੱਕ ਕਿਸੇ ਤੋਂ ਨਹੀਂ ਮੁੱਕਿਆ ਹੈਗਾ ਨਾ ਉਹ ਮੁੱਕਦੇ ਨਹੀਂ ਜੀ ਮੈਂ ਦੇਖਿਆ ਵੀ 10-10 ਰੁਪਏ ਨਹੀਂ ਮੁੱਕਦੇ ਸਾਡੇ ਕੋਲ ਅਜੇ 500 ਦਾ ਨੋਟ ਚਲੇ ਜਾਂਦਾ ਇੱਧਰ ਉੱਧਰ ਜਿਹੜਾ 10 ਦਾ ਨੋਟ ਉਹ ਨਹੀਂ ਜਾਂਦਾ ਹੈਗਾ ਉਹ ਟੋਕਰੀ ਦੇ ਵਿੱਚ ਹੀ ਰਹਿੰਦਾ ਠੀਕ ਹੈ ਜੀ ਤੇ ਇਹਦੇ ਨਾਲ ਜਿਵੇਂ ਮੈਂ ਪੁੱਛਾਂ ਆਲੂ ਦੀ ਖੇਤੀ ਕਿਸੇ ਨੇ
देखो वीर जी ये आए हैं गल तुम आलू स्टार्ट जो बंद ने स्टार्ट करना वो थोड़े प्रोजेक्ट तो स्टार्ट करो जिम्मे 5-7 किलों तो बंदा स्टार्ट कर ले ठीक है नहीं बाकी ये कोई एड्डी बड़ी मतलब जानकारी लैन की कोई जड़ी बड़ी गल नहीं हैगी देखो ये 8 थैले रोहदे पाने से डाई दे थैला सुफर का पाने थैला पटाह का पाने 30 थैले ये बीते पेंदे ने हुण ला के चलो जे मान लो आप 500 रुपये बी लें 15,000 का बी पै गया किले का ठीक है तो 8 थैले 1300 रुपये थैले ला लो तुम्हें किन्ने का बनता 13 मतलब 15-16,000 का डाई बन मतलब ला के चलो सारा प्रोपर भी मतलब 40-45,000 रुपया 50,000 के जेड़े खर्चा आ जाता हाँ ये तो खर्चा आ जाता ट्रैक्टर बच्चे बाही बूही करके सारा कुछ 50,000 रुपया किले के उत्ते खर्चा आ जाता तो उस बाद देखो मुकद्दर ने कई बार 50,000 पूरा होंगे हूँ जिम्मे मतलब जो हम रेट ने हूँ 200 थैला निकलता आलू का 250 रुपये बिकिया 50,000 का थैला किला हो 25 × 50 200 थैला बराबर आए असं पर लेकिन हौसले फिर नहीं छड़ दे कोई गल नहीं बाबा नानक फिर दूगा सानू कहिंदा उहदी आस ते रहो ठीक है सब तो बड़ी उहदी आस आस ते दुनिया टिकी हुई है असीं तो उहदी आस ते टिके होए आ किसी चीज़ का कोई घाटा नहीं है वधिया रोटी खाने आ ते जिवें मान लो तुसीं तुरदे जांदे नाले आपां गल्लबात होर करदे आ ते जिवें इह तुसीं ला ली फसल किन्ने टाइम की फसल आ किहड़े महीने दे विच तुसीं लाउंदे हो इह मतलब असली 3 महीने की फसल आ इह 2 महीने च वी पट्टिया जांदा इह जे तुसीं कच्चा पट्टना मान लो जेकर तुसीं 2 महीने का आलू पट्टदे हो तां इह मतलब जिवें 150-200 थैला किले का निकल आउंदा अगर तुसीं पक्का पट्टदे हो तां 300-325 थैला निकल आउंदा किले का अच्छा हाँ फिर ऐं कहना भी जिहड़ा असीं बीज रखना उहदा पक्का ही पट्टना पैंदा सानूं कच्चा भी पट्ट लईदा ते जिवें मान लो इस तों पहलां दी जिहड़ी फसल हुंदी आ इह आपणे धान तों बाद च लगदी आ हाँ पहलां धान लगदे ने धान कट के फिर उस तों बाद मतलब देखो मतलब फिर ये असं आलू लाने आलू तो बाद मक्की 3 फसलां लैने एक साल दिया 3 लैने ठीक है जिवें मान लो वध तो वध मुनाफा हुंदा जिवें तुसीं दस तां दित्ता भी ठीक है सट्टा है तां वध तो वध मुनाफा 50,000 रुपया ला के किन्ना लै सकदे हो किन्ना क मुनाफा हो जांदा ये देखो जे कई बार देखो पीक ते आ रेट हाँ पिछले साल असं 1.5-2 लाख रुपया भी किले का बटे अच्छा 1.5-2 हाँ बटिया तो हूँ जिवें आईती रेट ने पर 500 रुपये आलू बिकता थी 350 थैला निकलता थी 1.5-2 थैला मतलब निकल आउंदा थी ते उहदे करके 4 पैसे वधिया बन जांदे थी ठीक है बाकी हुण भी कोई पता नहीं जे 1-2 रैक ला देणे इह बाहर नूं कढ देणे जां पाकिस्तान नूं कढ देणे होर पासे नूं रैक ला देणे हुण भी उही गल आ कोई गल नहीं हुण भी बचणगे 4 पैसे इह तां गवर्नमेंट दे सिर ते आ जे मान लो पाकिस्तान दी तुसीं गल कीती आ जे मान लो आलू इधरों उधर नूं जावे सिद्धा फिर तां मैं कहना बहुत ज्यादा मुनाफा फिर तां बहुत रुपये बन देणे आलू च फिर तो मतलब तुम समझ ला लो भी अमरीका की कनेडा भी फेल कर दिया अगर इतों मतलब ये रैक लाई जा हूँ एक पिछे जो रैक लग्या थी वह मैनू मैं सैड कलकत्ते एरिए सैड च लग्या थी तो उदन उ तो पहला 400 रुपये का रेट थी आलू का जिदन रैक लगे 650 रुपया आलू हो गया 250 रुपया मतलब कहने का आलू 2 दिन च उठ खड़े जो मान लो एक कहने आप जो मान लो दुकाना तो आलू लैन लग जाने कई बार तो ए चीज़ हो जाती है 50-60 रुपये किलो चले जाता कई बार आता जो मान लो 5 रुपये से भी आ जाता या जब 5 रुपये तो आता आलू जो मान लो वो बद जाता बाजार के ज़्यादा या की होंगे मसला की है वो पता की है जब बाजार के आलू ज़्यादा चले जाते जब हम दिल्ली ला लो दिल्ली मतलब अज सेल उत्थे मतलब 50 गड्डिया की आ 100 चली गई 50 उत्थे एक्स्ट्रा रह गई दुए दिन फिर दुए दिन मंदा हो जाता आलू उही 100-200 रुपया डाउन आ जाता 1 लाख से आलू उहदे करके फिर गाहां जिहड़ी परचून आ डाउन हो जाती है ठीक है तो इहदे नाल जिवें मान लो तुसीं रखते हो कितें सेव करके रखते हो आलू या नाची नाल चका दिंदे नहीं असीं रखते भी हाँ असीं स्टोरों के मतलब छांटी कड़ के ग्रंडर करके माल नूं स्टोर के लाने भी हाँ जिवें मतलब जिवें मैं जिन्नी जह जिन्नी किसी की हैगी गंजायश है जिन्नी बंदे की जिवें हुण मैं 5,000 थैला ला लिया 10,000 थैला ला लिया किसी ने 2,000 थैला ला लिया किसी ने 1,000 ला लिया लाउंदे ने बहुत बंदे मैं भी लाउंदा इस करके माल लाईदा अच्छा उहदा फायदा हुंदा कहां जाके फिर देखो कई बार तो मतलब जिवें हुण खेत के असीं पटाई करते हैं ताजी उहदे नाल घट जाते हैं कई बार मतलब यह होंगे भी 4 पैसे वधिया बन जाते हैं ਕਿੰਨੇ ਸਮੇਂ ਤੱਕ ਸਟੋਰ ਕਰ ਕਰਕੇ ਰੱਖ ਸਕਦੇ ਹੋ ਇਹ ਘੱਟ ਤੇ ਘੱਟ ਵੀ ਤੁਸੀਂ ਦੇਖ ਲਓ ਵੀ ਹੁਣ ਮਾਰਚ 'ਚ ਅਸੀਂ ਕੱਢ ਕੇ ਤਕਰੀਬਨ 7-8 ਮਹੀਨੇ ਇਹ ਸਟੋਰ ਦੇ ਵਿੱਚ ਪਿਆ ਰਹਿੰਦਾ ਲੋ ਅੱਛਾ ਸਟੋਰ ਦੇ ਵਿੱਚ ਰੱਖ ਸਕਦੇ ਹਾਂ ਹਾਂ ਰੱਖ ਸਕਦੇ ਹਾਂ ਖਰਾਬ ਨਹੀਂ ਹੁੰਦਾ ਉਹਦੇ ਵਿੱਚੋਂ ਕੁਝ ਕਹਿੰਦਾ ਉਹਦੇ 'ਚ ਨਹੀਂ ਖਰਾਬ ਹੁੰਦਾ ਮਾੜਾ ਮੋਟਾ ਹੁੰਦਾ 1-2 ਕਿਲੋ ਆਲੂ ਨਿਕਲਦਾ ਸਟੋਰ ਦੇ ਵਿੱਚੋਂ ਹਾਂ ਤੇ ਜ਼ਿਆਦਾ ਨਿਕਲਦਾ ਅਗਰ ਜ਼ਿਆਦਾ ਨਿਕਲਦਾ ਫਿਰ ਸਟੋਰ ਵਾਲਾ ਐਕਸ਼ਨ ਆਉਂਦਾ ਸਟੋਰ 'ਚ ਫਿਰ ਰੱਖਣ ਦਾ ਖਰਚਾ ਕਿੰਨਾ ਕ ਜਾਂਦਾ ਸਟੋਰ 'ਚ ਰੱਖਣ ਦਾ ਸਟੋਰ ਤੇ ਰੱਖਣ ਦਾ 120-125 ਰੁਪਏ ਖਰਚਾ ਆ ਜਾਂਦਾ 120-125 ਰੁਪਏ ਥੈਲੇ ਦੇ ਥੈਲੇ ਪਰਤਾ ਹਾਂ ਪਰਤੀ ਬੈਗ ਠੀਕ ਹੈ ਹਾਂ
120-125 रुपये थैले दे आ गए फिर तो चार्जस होर ज्यादा हो जाते होंगे आलू के फिर नहीं वो फिर ऐ है ना कई बार हूँ जिमें पिछले साल की गल ला लो तुम पिछले साल जिस टाइम असं पटाई करते 400 रुपये थला बिकता थी जब असं मतलब स्टोर चो माल कढ़ते 900 रुपये थला बिकता थी अच्छा हूँ 400 ते 125 प्लस कर लो 525 हो गया 525 हो गया 300-400 रुपया प्लस मतलब बचत हो मुनाफा दे गया हूँ कई बार मतलब उदो थले भी आ जाता कई बार असं मतलब देखो ऐसी ला लो तुम ऐसी असं की कर बी बेचे आलूआ का सीड बेचे आलू का मैं सीड 700 रुपये थैला बेचिया सीड उस तो बाद की होया तो सीड बेचते आए बाद च मैं मैं चलो सीड थोड़ा जहाँ वादा आप भी लाना भी मतलब वाद रख लिया सीड मैं करीबन मेरे को 100 थैला सीड का बच गया अच्छा तो मैं स्टोर किराए दिता सीड भी तुम आपे तैयार करते हो हाँ सीड अपना तैयार अच्छा अपना अपना तैयार करते हैं सीड सारा असं तो सारे मैं सीड 100 थैला गुरु घर ने दिता 100 रुपये थैले मैं किराया भरा जाओ तुम लै जाओ चक्के कोई गल नहीं चलो गुरु घर लग जाना मतलब ये हाल भी हो जाते हैं कोई बड़ी गल नहीं बहुत बारी किराया भी कोलों भरना पै जाता बहुत बारी होंगे एकड़ जो मान लो हूँ हूँ ये पक्की हुई है फसल नहीं अजे नहीं अजे ये मैं इन 20 दिन लगने हो दिन लगने हाँ 20 दिन होर लगन गए फरवरी के जाके जिम्मे हम अज देख लो 10 जनवरी होगी तो 15-20 फरवरी असं यह पट देने सारे मक्की बिजाई कर देनी है इनकी अच्छा मक्की लग हाँ फरवरी असं मक्की बिजाई कर देनी है सारी जिम्मे मान लो ये हूँ इस सीजन के कली कणक लगती है तुम दो फसल ले लेनिया ने ਅਸੀਂ ਤਿੰਨ ਹੋ ਗਈਆਂ ਮਤਲਬ ਮੰਨ ਦੋ ਹਾਂ ਠੀਕ ਹੈ ਕਣਕ ਦੇ ਹਾਂ ਕੱਲੀ ਕਣਕ ਦੀ ਜਗ੍ਹਾ ਅਸੀਂ ਦੋ ਲੈ ਲੈਣੀਆਂ ਨੇ ਜਾਨੂੰ ਜਿਵੇਂ ਮੰਨ ਲਓ ਕੱਲੀ ਕਣਕ ਦੇ ਵਿੱਚ ਕਿੰਨਾ ਨਿਕਲਦਾ ਕਿੱਲੇ 'ਚੋਂ ਤੁਸੀਂ ਇਹਦੇ ਵਿੱਚੋਂ ਜਿਵੇਂ ਮੰਨ ਲਓ ਵਧੀਆ ਪ੍ਰੋਫਿਟ ਨਿਕਲ ਜਾਵੇ ਕਿੰਨਾ ਆਊਗਾ ਇਹਦੇ ਵਿੱਚੋਂ ਨਹੀਂ ਪਤਾ ਕੀ ਹੈ ਇਹਦੇ ਵਿੱਚ ਜਿਵੇਂ ਹੁਣ ਅਸੀਂ ਕੱਲੀ ਕਣਕ ਲਾਉਂਦੇ ਹਾਂ ਤਾਂ ਸਾਨੂੰ ਮਤਲਬ ਬਚਦਾ ਨਹੀਂ ਕੁਛ ਕਾਰਨ ਕੀ ਹੈ ਕਿਉਂਕਿ ਸਾਡੇ ਠੇਕਾ ਬਹੁਤ ਆ ਹਾਂ ਸਾਡੇ 62-63 ਹਜ਼ਾਰ ਰੁਪਇਆ ਕਿੱਲੇ ਦਾ ਠੇਕਾ ਹਾਂ ਅਤੇ ਹੁਣ ਤੁਸੀਂ ਲਾ ਲਓ ਵੀ ਜੀਰੀ ਕਿੰਨੇ ਦੀ ਹੋਈ ਅਤੇ ਫਿਰ ਉਹਦੇ ਵਿੱਚੋਂ 5-7 ਹਜ਼ਾਰ ਰੁਪਇਆ 10 ਹਜ਼ਾਰ ਕਿੱਲਾ ਛੱਡਦਾ ਹਾਂ ਅਗਰ ਤੁਸੀਂ ਅਸੀਂ ਦੋ ਫਸਲਾਂ ਲਾਉਂਦੇ ਹਾਂ ਇਹਦੇ ਵਿੱਚ ਐਂ ਹੁੰਦਾ ਵੀ ਚਲੋ ਮੰਨ ਲਓ ਜੇ ਪੂਰਾ ਵੀ ਹੋ ਗਿਆ ਤਾਂ 5-10 ਹਜ਼ਾਰ ਰੁਪਇਆ ਤਾਂ ਛੱਡੇ ਜਾਂਦਾ ਨਹੀਂ ਕਰੀਬਨ 50-60-70 ਹਜ਼ਾਰ ਵੀ ਛੱਡ ਜਾਂਦਾ ਠੀਕ ਆ ਹਾਂ ਜਿਵੇਂ ਮੰਨ ਲਓ ਯਾਨੀ ਕਿ ਇੱਕ ਫਸਲ ਕੁਛ ਨਹੀਂ ਛੱਡ ਕੇ ਗਈ ਦੂਜੀ ਫਸਲ ਜਿਵੇਂ ਹਾਂ ਦੂਜੀ ਜਿਵੇਂ ਮੱਕੀ ਆ ਹੁਣ ਜਿਵੇਂ ਮੱਕੀ ਆਉਣੀ ਆ ਮੱਕੀ ਨੇ ਮਤਲਬ ਸਾਰਾ ਮਤਲਬ ਜਿਵੇਂ ਆਲੂ ਪੂਰੇ ਵੀ ਕਰ ਜਾਣ ਜੇ ਤਾਂ ਇਹ ਮਤਲਬ ਉਧਰ ਝੋਨਾ ਜਿਹੜਾ ਠੇਕਾ ਮਤਲਬ ਜਿਵੇਂ ਆਪਣਾ ਕੱਲਾ ਝੋਨਾ ਬੀਜਦੇ ਆ ਲਾ ਲਓ ਝੋਨਾ 50 ਹਜ਼ਾਰ ਰੁਪਏ ਦਾ ਹੋਇਆ ਸਾਡਾ ਤਾਂ ਉਹਦੇ ਵਿੱਚੋਂ 12-13 ਹਜ਼ਾਰ ਰੁਪਇਆ ਠੇਕਾ ਬਕਾਇਆ ਰਹਿ ਗਿਆ 15 ਹਜ਼ਾਰ ਰੁਪਇਆ ਖਰਚਾ ਹੋ ਗਿਆ 30 ਹਜ਼ਾਰ ਰੁਪਇਆ ਰਹਿ ਗਿਆ ਤੇ 60-70 ਹਜ਼ਾਰ ਦੀ ਮੱਕੀ ਹੋਈ ਤਾਂ ਉਹਦੇ ਵਿੱਚੋਂ ਦਲ 30 ਹਜ਼ਾਰ ਉਹ ਨਿਕਲ ਗਿਆ ਤੇ ਮਤਲਬ 40 ਹਜ਼ਾਰ ਰੁਪਇਆ ਬਚਿਆ 40 ਦੇ ਵਿੱਚੋਂ ਫਿਰ ਮੱਕੀ ਦਾ ਖਰਚਾ ਲਾ ਲਓ ਮਤਲਬ 15-20 ਹਜ਼ਾਰ ਰੁਪਇਆ ਬਚਤ ਆ ਜਾਂਦਾ ਮਤਲਬ ਮਰਦਾ ਨਹੀਂ ਬੰਦਾ ਯਾਨੀ ਕਿ ਮਰਦਾ ਨਹੀਂ ਨਾ ਨਾ ਮਰਦਾ ਨਹੀਂ ਜੋ ਇੱਕ ਫਸਲ ਛੱਡ ਜਾਂਦਾ ਹਾਂ ਇਹ ਤਿੰਨ ਫਸਲਾਂ ਦੇ ਵਿੱਚੋਂ ਇੱਕ ਫਸਲ ਮਾੜਾ ਕੁਛ ਨਾ ਕੁਛ ਕਰ ਜਾਂਦੀ ਆ ਹੁਣ ਜਿਹੜੇ ਮੰਨ ਲਓ ਡਾਈਵਰਸੀਫਿਕੇਸ਼ਨ ਦਾ ਵੀ ਇੱਕ ਸਰਕਾਰ ਵੀ ਕਹਿੰਦੀ ਆ ਵੀ ਬਦਲਾਅ ਹੋਣਾ ਚਾਹੀਦਾ ਖੇਤੀ ਦੇ ਵਿੱਚ ਪਰ ਕਿਸਾਨ ਕਹਿੰਦਾ ਵੀ ਜਦੋਂ ਹੈ ਹੀ ਨਹੀਂ ਜਿਵੇਂ ਮੰਨ ਲਓ ਤੁਸੀਂ ਵੀ ਕਿਹਾ ਵੀ ਸੱਟਾ ਹਾਂ ਠੀਕ ਆ ਕਿਸਾਨ ਕੋਲ ਬਦਲਾ ਹੀ ਨਹੀਂ ਹੈਗਾ ਕਣਕ ਝੋਨੇ ਤੋਂ ਬਿਨਾਂ ਫਿਰ ਕੀ ਕਰਨਾ ਕੀ ਚਾਹੀਦਾ ਮੰਨ ਲਓ ਨਹੀਂ ਪਤਾ ਕੀ ਆ ਦੇਖੋ ਮੇਰੀ ਗੱਲ ਸੁਣੋ ਦੇਖੋ ਫਸਲਾਂ ਹੋਰ ਲਾ ਵੀ ਲੈਂਦਾ ਬੰਦਾ ਜਿਵੇਂ ਹੁਣ ਭਗਵੰਤ ਮਾਨ ਨੇ ਮੂੰਗੀ ਲਵਾਈ ਉਹਨੂੰ ਖਰੀਦਦਾ ਤਾਂ ਕੋਈ ਹੈ ਨਹੀਂ ਉਹਨੂੰ ਲਾ ਕੇ ਕੀ ਕਰੂੰ ਮੈਨੂੰ ਦੱਸੋ ਕੋਈ ਕਿਸੇ ਫਸਲ ਨੂੰ ਖਰੀਦਣ ਦਾ ਸਹੀ ਲਵਾਉਣ ਜਿਹੜੀ ਮਰਜ਼ੀ ਫਸਲ ਲਵਾਉਣ ਸਾਤੋਂ ਅਸੀਂ ਉਹੀ ਲਾਉਣ ਨੂੰ ਤਿਆਰ ਹਾਂ ਬਦਲੀ ਕਰ ਲਾਂਗੇ ਧਾਨ ਲਾਉਣ ਤੇ ਹਟ ਜਾਵਾਂਗੇ ਮੱਕੀ ਲਵਾਉਣ ਲਾ ਸਾਡੀ ਮੱਕੀ ਖਰੀਦਣ ਦਾ ਸਹੀ ਮੱਕੀ ਅਸੀਂ 1000 ਰੁਪਏ ਕੁਇੰਟਲ ਨੂੰ ਲਾਈ ਆ 1000 ਰੁਪਏ ਕੁਇੰਟਲ ਨੂੰ ਲਾ ਲਓ ਤੁਸੀਂ 30 ਕੁਇੰਟਲ ਮੱਕੀ ਹੋਈ ਤਾਂ 30 ਹਜ਼ਾਰ ਰੁਪਏ ਦੇ ਦੱਸੋ ਕੀ ਉਹਦਾ ਪੂਰੇ ਵੀ ਨਹੀਂ ਹੁੰਦੇ ਪੱਲੇ ਪੈਸੇ ਵੀ ਨਹੀਂ ਪੈਂਦੇ ਪੱਲੇ ਮੱਕੀ ਦੇ ਜਦ ਖਰੀਦ ਨਹੀਂ ਕਹਿੰਦਾ ਸਹੀ ਪ੍ਰੋਪਰ ਕਰਦੇ ਇਹ ਜਦ ਜੱਟ ਤਾਂ ਜਦ ਮਰਦਾ ਪ੍ਰੋਪਰ ਸਹੀ ਜਿਵੇਂ ਗੌਰਮੈਂਟ ਦੇ ਰੇਟ ਬੰਨੇ ਹੋਏ ਨੇ ਹਰ ਫਸਲ ਦੇ ਉਸ ਹਿਸਾਬ ਨਾਲ ਇਹ ਖਰੀਦਣ ਤਾਂ ਜੱਟ ਮਰਦਾ ਹੀ ਨਹੀਂ ਹੈਗਾ ਇਹਨਾਂ ਦਾ ਸਾਰੀ ਦੁਨੀਆ ਨੂੰ ਅੰਨ ਖਿਲਾਉਣਾ ਜੱਟ ਨੇ ਮੈਨੂੰ ਦੱਸੋ ਇਹਦੇ 'ਚ ਕੋਈ 2 ਨੰਬਰ ਦਾ ਕੰਮ ਹੈਗਾ ਇਹ ਤਾਂ ਮਿਹਨਤ ਕਰਦਾ ਸੱਪਾਂ ਦੀ ਸਿਰੀਆਂ ਦੇ ਪੈਰ ਧਰਦਾ ਤਾਂ ਮਤਲਬ ਬੰਦਾ ਜਾ ਕੇ ਕਮਾਈ ਇਹ ਤਾਂ ਮਿਹਨਤ ਦਾ ਪੈਸਾ ਤਾਂ ਜਿਵੇਂ ਮੰਨ ਲਓ ਪਾਣੀ ਦੀ ਜੇ ਗੱਲ ਕਰੀਏ ਧਰਾਤਲ ਪਾਣੀ ਆਪਣਾ ਜਿਹੜਾ ਉਹ ਥੱਲੇ ਜਾ ਰਿਹਾ ਤਾਂ ਪਾਣੀ ਇਹਦੇ ਉੱਪਰ ਕਿੰਨਾ ਕੁ ਲੱਗਦਾ ਜਿਵੇਂ ਮੰਨ ਲਓ ਕਣਕ ਦੇ ਜ਼ਰੀਏ ਜਾਂ ਝੋਨੇ ਨਾਲੋਂ ਬਚਾਅ ਹੁੰਦਾ ਪਾਣੀ ਦਾ ਇਹਨਾਂ ਨਾਲ ਦੇਖੋ ਜਿਹੜਾ ਮੱਕੀ ਆ ਜਾਂ ਆਲੂ ਆ ਇਹਨਾਂ ਦਾ ਪਾਣੀ ਬਹੁਤ ਘੱਟ ਲੱਗਦਾ ਅੱਛਾ ਹਾਂ ਦੇਖੋ ਇਹ ਆਲੂ ਨੇ 4 ਪਾਣੀ ਲੱਗੇ ਨੇ ਅੱਛਾ ਇਹ 4 ਪਾਣੀਆਂ ਨਾਲ 1 ਕਿੱਲੇ ਨੂੰ ਮਤਲਬ 2 ਘੰਟੇ ਲੱਗਦੇ ਨੇ 2 ਘੰਟੇ ਮੋਟਰ ਚੱਲਣੀ 1 ਕਿੱਲੇ ਦੇ ਵਿੱਚ ਠੀਕ ਆ ਮਤਲਬ ਇਹ ਤੁਸੀਂ ਲਾ ਲਓ ਵੀ 8 ਘੰਟੇ ਮੋਟਰ ਚੱਲੀ ਕੁੱਲ ਲਾ ਲਓ ਵੀ ਮਤਲਬ ਪੂਰੇ ਫਸਲ ਪੜ ਜਾਣੀ 8 ਘੰਟੇ ਦੇ ਵਿੱਚ ਹਾਂ 3 ਮਹੀਨੇ ਦੀ ਫਸਲ ਤਿਆਰ ਹੋ ਜਾਣੀ ਹੈ ਸਾਡੀ ਹਾਂ ਤੇ ਜਿਹੜੀ ਮੱਕੀ ਆ ਮੱਕੀ ਨੂੰ ਵੀ ਇੰਨਾ ਕਿ ਲਾ ਦਿੰਦੇ ਮੱਕੀ ਨੂੰ 6 ਪਾਣੀ ਲਾ ਜਾਂਦੇ ਮੱਕੀ ਜੋ ਮਤਲਬ ਉਹ ਲੱਗਦੀ 1 ਘੰਟੇ ਸਿੰਜੀ ਜਾਂਦੀ ਹੈ ਮੱਕੀ ਹਾਂ ਜਿਹੜੀ ਮੱਕੀ ਆ ਉਹ 1 ਘੰਟੇ ਦੇ ਵਿੱਚ ਸਿੰਜੀ ਜਾਂਦੀ ਆ ਉਹਨੂੰ ਵੀ ਇੰਨਾ ਕਿ ਪਾਣੀ ਲਾ ਦਿੰਦੇ ਇੱਕ ਝੋਨੇ ਨੂੰ ਪਾਣੀ ਜ਼ਿਆਦਾ ਲੱਗਦਾ ਕਣਕ ਨਾਲੋਂ ਮਤਲਬ ਜਿੰਨਾ ਕਣਕ ਨੂੰ ਪਾਣੀ ਲਾਉਂਦੇ ਨੇ ਉਦੋਂ ਘੱਟ ਪਾਣੀ ਇਹ ਦੋਵੇਂ ਫਸਲਾਂ ਨੂੰ ਲੱਗਦਾ
ਜੇ ਮਤਲਬ ਕੱਲੀ ਖੇਤੀ ਨੂੰ ਹੁਣ ਜਿਹੜਾ ਦਿਖਾਇਆ ਜਾਂਦਾ ਵੀ ਸਹਾਇਕ ਧੰਦੇ ਵੀ ਹੋਣੇ ਚਾਹੀਦੇ ਨੇ ਕਿਸਾਨ ਦੇ, ਵੀ ਕਰਦੇ ਹੋ ਨਾਲੇ ਤੋਂ ਬਿਨਾ? ਹਾਂ ਉਹ ਤਾਂ ਕਰਦੇ, ਵਰਕਸ਼ਾਪ ਆਪਣੀ, ਵਰਕਸ਼ਾਪ ਹਾਂ ਵਰਕਸ਼ਾਪ ਆਪਣੀ, ਹਾਂ ਹਾਂ ਵਰਕਸ਼ਾਪ ਕਾਹਦੀ ਆ ਆਪਣੇ? ਆਹੀ ਮਤਲਬ ਸਮਾਨ ਦਿੰਦੇ ਹਾਂ ਅਸੀਂ, ਮਤਲਬ ਖੇਤੀਬਾੜੀ ਦੇ ਬੀਜਣ ਬਿਜਾਈ ਵਾਸਤੇ, ਬਾਕੀ ਤਿਆਰ ਵੀ ਕਰਦੇ ਹਾਂ। ਹਾਂ 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 ਚਲੋ ਦਿਖਾਉਂਦੇ ਹਾਂ ਤੁਹਾਨੂੰ ਉੱਥੇ ਚੱਲ ਕੇ, ਚਲੋ ਆ ਜਾਓ ਤੁਹਾਡੇ ਵਰਕਸ਼ਾਪ ਦੇਖਦੇ ਹਾਂ। ਹਾਂ ਵਰਕਸ਼ਾਪ ਚੱਲਦੇ ਹਾਂ ਆਪਾਂ, ਤਾਂ ਇਹ ਆਪਣਾ ਇਹ ਵਰਕਸ਼ਾਪ ਆਪਣੀ, ਹਾਂਜੀ ਹਾਂ ਜੀ। ਇਹਦੇ ਵਿੱਚ ਜਿਵੇਂ ਕੀ ਮਸਲਾ ਕੀ ਆ, ਜਿਵੇਂ ਵਰਕਸ਼ਾਪ ਇਹ ਦਿੰਦੇ ਹੋ ਕਿਸਾਨਾਂ ਨੂੰ ਦਿੰਦੇ ਹੋ ਮਸ਼ੀਨਾਂ ਜਾਂ ਇਹ? ਅਸੀਂ ਤੇ ਮੈਂ ਆਹ ਰੋਟਾਵੇਟਰ ਆ, ਹਾਂ ਲੋਕ ਜਿਵੇਂ ਮਤਲਬ 1000 ਰੁਪਏ ਦਿਹਾੜੀ ਲੈਂਦੇ ਨੇ, ਅਸੀਂ ਮਤਲਬ ਘੱਟ ਤੋਂ ਘੱਟ 500-600 ਰੁਪਏ ਦਿਹਾੜੀ ਤੇ ਘੱਟ ਤੋਂ ਘੱਟ ਸੰਦ ਦੇਈ ਨੇ। ਅੱਛਾ ਅੱਧ ਰੇਟ ਤੇ? ਅੱਧ ਰੇਟ ਤੇ ਦੇਈ ਦੇ ਨੇ ਵੀ ਕੋਈ ਗੱਲ ਨਹੀਂ, ਸੇਵਾ ਹੀ ਹੈ ਵੀ ਹੈ ਨਹੀਂ। ਆਹ ਹਲ ਖੜੇ ਨੇ, ਹਲਾਂ ਦੀ ਮਤਲਬ ਹਲ ਦੇਈ ਦੇ ਨੇ, ਆਹ 2 ਜੋੜੀਆਂ ਹਲਾਂ ਦੀ ਰੱਖੀਆਂ ਗਈਆਂ ਨੇ। ਆਪਣੇ ਕੋਲ ਆਲੂ ਪੱਟਣ ਦਾ ਡਿੱਗਰ ਆ, ਠੀਕ ਆ ਜੀ, ਤੇ ਇਹ ਲੋਕ 1500 ਰੁਪਏ ਦਿਹਾੜੀ ਲੈਂਦੇ ਨੇ। ਹਾਂ ਜੀ ਠੀਕ ਆ, ਅਸੀਂ 1000 ਰੁਪਏ ਦਿਹਾੜੀ ਤੇ ਅੱਛਾ ਮਤਲਬ ਦੇ ਦਿੰਦੇ ਆ ਬੰਦੇ ਨੂੰ, ਤੇ ਇੱਧਰ ਵੀ ਡਿੱਗਰ ਖੜੇ ਨੇ ਆਪਣੇ ਕੋਲੇ, ਤੇ ਉਹ ਪਿੱਛੇ ਕੱਦੂ ਵਾਲੀ ਤਵੀਆਂ ਖੜੀਆਂ ਨੇ, ਕੱਦੂ ਕਰਨ ਵਾਲੀਆਂ, ਕੱਦੂ ਵਾਲੀਆਂ। ਹਾਂ ਹਾਂ ਅੱਛਾ, ਸਾਰਾ ਜਿਹੜਾ ਸੰਦ ਸੁਹਾਗਾ ਜਿੰਨਾ ਰੱਖਿਆ ਸਾਰਾ, ਹਾਂ A to Z ਸਾਰਾ ਸਮਾਨ ਆਪਣੇ ਕੋਲ, ਠੀਕ ਆ। ਹਾਂ ਹਾਂ ਇਹ ਲੋਕਾਂ ਵਾਸਤੇ, ਜਿਹੜੇ ਛੋਟੇ ਕਿਸਾਨ ਆ, ਜਿਹੜੇ ਛੋਟੇ ਕਿਸਾਨ ਜਿਨ੍ਹਾਂ ਕੋਲ ਸੰਦ ਨਹੀਂ ਹੈਗੇ, ਆਹ ਤੂਆ ਜਿਹੜਾ ਮਤਲਬ ਧਰਤੀ ਨੂੰ ਪੋਲੀ ਕਰਦਾ, ਠੀਕ ਆ ਜੀ। ਹਾਂ ਇਹ ਅਸੀਂ ਆਪਣਾ ਤਿਆਰ ਕਰਿਆ ਇਹ। ਅੱਛਾ ਹਾਂ ਇਹ ਵੀ ਕਿਰਾਏ ਤੇ ਦਿੰਦੇ ਆ। ਇਹ ਤੁਸੀਂ ਆਪਣਾ ਵਰਕਸ਼ਾਪ 'ਚ ਆਪਣਾ ਤਿਆਰ ਕਰਦੇ? ਹਾਂਜੀ ਹਾਂਜੀ ਆਪਣਾ ਤਿਆਰ ਕਰਿਆ, ਆਪਣੇ ਹੱਥੀਂ ਤਿਆਰ ਕੀਤਾ? ਹਾਂਜੀ ਆਹ ਮਸ਼ੀਨ ਤਿਆਰ ਕਰੀ ਆ ਆਪਾਂ ਨੇ, ਡਿੱਗਰ ਆਲੂ ਪੱਟਣ ਵਾਸਤੇ ਆਹ, ਠੀਕ ਆ ਜੀ। ਹਾਂ ਇਹ ਤਿਆਰ ਹੋ ਗਈ, ਮਤਲਬ ਇਹਦੇ ਜਾਲ ਕਸਣ 'ਤੇ ਹੀ ਰਹਿੰਦਾ, ਬਾਕੀ ਤਿਆਰ ਆ ਮਸ਼ੀਨ ਇਹ। ਅੱਛਾ ਹਾਂ ਹਾਂ ਇਹ ਵੀ ਮਤਲਬ ਕਿਰਾਏ ਤੇ ਦਿੰਦੇ, ਮੁੱਲ ਵੀ ਵੇਚਦੇ ਹਾਂ ਆਪਾਂ ਇਹ ਮਸ਼ੀਨਾਂ। ਹਾਂਜੀ ਹਾਂ ਹਾਂ ਠੀਕ ਆ, ਨਹੀਂ ਲੋਕ ਤਾਂ ਮਤਲਬ ਇੱਕ 30-35 ਦਿੰਦੇ ਆ, ਤੇ ਅਸੀਂ ਇੱਕ 15-15 ਦੀ ਦੇ ਦਿੰਦੇ ਆ ਮਸ਼ੀਨ ਇਹ ਤਿਆਰ ਕਰਕੇ। ਜਿਵੇਂ ਮੰਨ ਲਓ ਕੋਈ ਹੋਰ ਤਿਆਰ ਰੱਖਿਆ ਹੋਇਆ, ਕੋਈ ਮਕੈਨਿਕ ਰੱਖਿਆ ਜਾਂ ਆਪੇ ਖੁਦ? ਆਪ ਵੀ ਤਿਆਰ ਕਰਦੇ ਆ, ਮਕੈਨਿਕ ਵੀ ਰੱਖਿਆ ਨਾਲ, ਮੁੰਡਾ ਰੱਖਿਆ, ਵੈਲਡਿੰਗ ਕਰਦਾ ਰੱਖਿਆ, ਮਤਲਬ ਆਪ ਵੀ ਤਿਆਰ ਕਰਦੇ ਆ। ਇਹ ਭਤੀਜਾ ਮੇਰਾ ਇਹ, ਤੇ ਇਹ ਮਤਲਬ ਇਹ ਤਿਆਰ ਕਰਦਾ ਨਾਲ, ਵੈਲਡਿੰਗ ਵੁਲਡਿੰਗ ਕਰਦਾ, ਸਾਰਾ ਕੰਮ ਇਹ ਕਰਦਾ, ਠੀਕ ਹੈ ਠੀਕ ਹੈ। ਤੇ ਇੱਧਰ ਆ ਕਟਰ ਪਏ ਨੇ ਆਪਣੇ ਕੋਲ, ਆ ਦੇਖੋ ਕਟਰ ਪਏ, ਉਹ ਆਲੂ ਬੀਜਣ ਵਾਲੀ ਮਸ਼ੀਨ ਪਖੜੀ ਆ, ਪਲਾਂਟਰ ਅੱਗੇ, ਤੇ ਆਹ ਸੂਰਜਮੁਖੀ ਬੀਜਣ ਵਾਲੀ ਆ, ਤੇ ਸੂਰਜਮੁਖੀ ਬੀਜੋ, ਮੱਕੀ ਬੀਜੋ, ਮੂੰਗੀ ਬੀਜੋ, ਜਿਹੜੇ ਮਰਜ਼ੀ ਆਈਟਮ ਬੀਜੋ ਇਹਦੇ ਨਾਲ। ਅੱਛਾ ਹਾਂ ਇਹ ਸਾਰੀਆਂ ਆਈਟਮਾਂ ਬੀਜਦੀ ਆ ਇਹ, ਠੀਕ ਆ ਜੀ। ਹਾਂ ਤੇ ਬਾਕੀ ਵਾ ਤਵੀਆਂ ਵੀ ਦੇਈਦੀਆਂ ਨੇ, ਹਰੇਕ ਆਈਟਮ ਆ ਮਤਲਬ। ਅੱਛਾ ਜਨਰੇਟਰ ਤੱਕ ਆ, ਜੇ ਕਿਸੇ ਨੇ ਜਨਰੇਟਰ ਚਾਹੀਦਾ ਜਨਰੇਟਰ ਵੀ ਦਿੰਦੇ ਆ ਉਹਨੂੰ ਕਿਰਾਏ ਤੇ। ਅੱਛਾ ਕਿਰਾਏ ਤੇ ਦੇਣ? ਹਾਂ ਹਾਂ ਕਿਰਾਏ ਤੇ ਦੇ ਦਿੰਦੇ ਆ ਉਹਨੂੰ, ਕੋਈ ਗੱਲ ਨਹੀਂ, ਘੱਟ ਰੇਟ ਤੇ ਦੇਈਦਾ, ਕੰਮ ਚੱਲਣਾ ਚਾਹੀਦਾ ਹਰੇਕ ਬੰਦੇ ਦਾ। ਇਹ ਇੱਕ ਚੀਜ਼ ਹੋਰ ਆ, 5 ਕਿੱਲੇ ਵਾਲਾ ਕਿਸਾਨ ਇੰਨਾ ਸੰਦ ਸੁਹਾਗਾ ਇਕੱਠਾ ਕਰੀ ਫਿਰਦਾ, ਜਿਹੜੇ 25-25 ਕਿੱਲੇ ਵਾਲੇ ਤੁਹਾਨੂੰ ਮੈਂ ਕਹਿੰਦਾ ਸੀ ਬਾਹਰ ਨੂੰ ਚਜਾਈ ਜਾਂਦੇ ਨੇ, ਹੁੰਦਾ ਵੀ ਸਭ ਕੁਛ ਆ ਘਰੇ, ਮਤਲਬ ਉਹ ਮਸਲਾ ਕੀ ਆ ਫਿਰ, ਕਿੱਥੇ ਜਾ ਕੇ ਖੜ ਜਾਂਦੀ ਆ ਗੱਲ? ਮਸਲਾ ਤਾਂ ਇਹ ਆ ਵੀ ਉਹ ਲੋਕ ਸੋਚਦੇ ਨੇ ਵੀ ਉੱਥੇ ਤਾਂ ਉਹੀ ਪੈਸੇ ਮਿਲ ਜਾਂਦੇ ਨੇ, ਤੁਸੀਂ ਦੇਖਣਾ ਬਹੁਤ ਬੰਦੇ ਨੇ ਜਿਹੜੇ ਮਤਲਬ ਫਿਰ ਉੱਥੇ ਧੱਕੇ ਧੁੱਕੇ ਖਾ ਕੇ ਮੁੜੇ ਆਉਂਦੇ ਨੇ, ਮੁੜ ਕੇ ਆ ਕੇ 2 ਕਿੱਲੇ ਫਿਰ ਵੇਚ ਦਿੰਦੇ ਨੇ, ਕਿਉਂਕਿ ਦੇਖੋ ਮਿਹਨਤ ਕਰਨੀ ਪੈਣੀ ਆ, ਕੰਮ ਕਰਨਾ ਪੈਣਾ, ਹਰੇਕ ਜਗ੍ਹਾ ਜਾ ਕੇ ਕੰਮ ਕਰਨਾ ਪੈਣਾ, ਤੁਸੀਂ ਉੱਥੇ ਜਾਂਦੇ ਹੋ ਉੱਥੇ ਤਾਂ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ, ਅਗਰ ਮੈਨੂੰ ਮਿਹਨਤ ਜਿੰਨੀ ਉੱਥੇ ਬੰਦਾ ਕਰਦਾ, ਜੇ ਇੱਥੇ ਕਰ ਲਵੇ ਮੈਂ ਕਹਿੰਦਾ ਬੰਦਾ ਸੁਰਗਾਂ 'ਚ ਖੇਲੂ, ਇੱਥੇ ਬੰਦਾ ਇੱਥੇ ਕਰਦੇ ਨਹੀਂ ਕਹਿੰਦਾ, ਬੰਦਾ ਮਿਹਨਤ ਨਹੀਂ ਕਰਦਾ, ਇੱਥੇ ਘੱਟ ਮਿਹਨਤ ਕਰਨ ਕਰਕੇ ਆਹ ਹਾਲ ਨੇ ਬੰਦੇ ਦੇ। ਉਹੀ ਆ ਜਿਵੇਂ ਮੰਨ ਲਓ 5-4 ਸਾਲ ਤਾਂ ਮਿਹਨਤ ਇੱਥੇ ਕਰ ਲਓ ਉੱਥੇ ਕਰ ਲਓ, ਬਰਾਬਰੀ ਆ ਕੰਮ ਬਰਾਬਰ। ਇੱਥੇ ਦੇਖੋ ਉੱਥੇ ਬੰਦਾ ਆਪਣਾ ਟੱਬਰ ਛੱਡ ਕੇ ਦੂਰ ਰਹਿੰਦਾ, ਆਪਣੇ ਟੱਬਰ ਤੋਂ ਦੂਰ ਰਹਿੰਦਾ, ਮਾਂ ਬਾਪ ਆਪਣੇ ਜਵਾਕ ਨੂੰ ਛੱਡ ਕੇ ਉਹ ਤੜਫ ਜਾਂਦੇ ਨੇ, ਇੱਥੇ ਉਹ ਤੜਫ ਜਾਂਦਾ ਉੱਥੇ, ਠੀਕ ਆ ਨਾ, ਇੱਥੇ ਨਾਲੇ ਦੇਖੋ 9 ਰੁਪਈਏ ਬਣਦੇ ਨੇ, ਸਾਰਾ ਕੁਛ ਹੁੰਦਾ, ਆਪਣੀ ਫੈਮਿਲੀ ਦੇ ਵਿੱਚ ਰਹਿੰਦਾ ਬੰਦਾ। ਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਸੰਦ ਸਾਰੇ, ਸਾਡੇ ਘੋੜੀ ਵੀ ਰੱਖੀ ਆ, ਤੁਹਾਨੂੰ ਉਹ ਵੀ ਦਿਖਾਵਾਂਗੇ। ਅੱਛਾ ਸਾਰੇ ਕੁਛ ਰੱਖਿਆ ਹੋਇਆ ਆਪਣਾ, ਸਾਰਾ ਇਹਦੀ ਮਿਹਰ ਆ, ਸਾਰੇ ਕਾ ਸਭ ਕੁਛ ਰੱਖਿਆ, ਸਭ ਕੁਛ ਰੱਖਿਆ, ਸਾਰਾ ਕੁਛ ਰੱਖਿਆ ਹੋਇਆ, ਸ਼ੌਂਕ ਵੀ ਪੂਰੇ ਕਰਨੇ ਨੇ, ਨਾ ਜੀ ਸ਼ੌਂਕ ਪੂਰੇ ਕਰਨੇ ਨੇ, ਕੰਮ ਵੀ ਪੂਰਾ, ਹਾਂ ਪੂਰੇ ਪੂਰੇ ਕੰਮ ਕਰਨੇ ਨੇ। ਚਲੋ ਆਪਾਂ ਚੱਲਦੇ ਹਾਂ ਉੱਥੇ ਨੂੰ, ਦਿਖਾਉਂਦੇ ਹਾਂ ਤੁਹਾਨੂੰ ਸਾਰੇ ਖੇਤੀਬਾੜੀ ਦਾ ਕੰਮ, ਜਿਵੇਂ ਮੰਨ ਲਓ ਦੇਖੋ ਅਸੀਂ ਮਿਹਨਤ ਕਰਦੇ ਹਾਂ ਹੱਥੀਂ, ਇਹ 'ਚ ਕੋਈ ਲੁੱਕ ਲਪੇਟੇ ਵਾਲੇ ਨਹੀਂ, ਸਾਡੇ ਨੌਕਰ ਰੱਖੇ ਨੇ, ਬੋਹ ਰੱਖੇ ਨਾ, ਨੌਕਰ ਹੈਗੇ ਨੇ, ਪਰ ਨੌਕਰ ਦੇ ਨਾਲ ਆਪ ਕੰਮ ਕਰਨਾ। ਅੱਛਾ ਆਪ ਰਿਓ ਪਾਉਣਾ, ਆਪ ਨੱਕੇ ਛੱਡਣੇ ਨੇ, ਆਪ ਸਾਰਾ ਆਲੂ ਅਸੀਂ ਆਪ ਬਾਹਰ ਅਸੀਂ ਆਪ ਕਰਨੀ ਆ, ਡਰਾਈਵਰ ਨੂੰ ਨਹੀਂ ਅਸੀਂ ਟਰੈਕਟਰ ਦਿੰਦੇ ਹੈਗੇ, ਆਪਣੇ ਟਰੈਕਟਰ ਦੇਖੋ ਸਾਡੇ ਕਿਹੋ ਜਿਹੇ ਖੜੇ ਨੇ, ਕਿਵੇਂ ਸ਼ੌਂਕ ਕਹੇ ਨੇ ਟਰੈਕਟਰ ਸਾਰੇ। ਇਹ ਮੈਨੂੰ ਲੱਗਦਾ ਦੇਖ ਕੇ ਤੁਸੀਂ 40-50 ਲੱਖ ਦੀ ਤਾਂ ਮਸ਼ੀਨਰੀ ਖੜੀ ਕਰੀ ਹੋਈ ਆ। ਨਾ ਜੀ ਵੱਧ ਖੜੀ ਹੋਣੀ ਸਾਡੇ ਕੋਲ, ਵੱਧ ਹੋਊਗਾ। ਹਾਂ ਟਰੈਕਟਰ ਵੀ ਹੋਊਗਾ, ਇਹਦਾ ਉਧਰ ਮੋਟਰ, ਉਧਰ ਸਮਾਨ ਸਾਡਾ ਉਧਰ ਖੜਾ ਮੋਟਰ ਤੇ। ਅੱਛਾ ਹਾਂ ਉਧਰ ਮੋਟਰ ਤੇ ਖੜਾ ਸਮਾਨ ਸਾਡਾ, ਸ਼ੌਂਕੀ ਵੀ ਪੂਰੇ ਹੋਣੇ, ਸ਼ੌਂਕ ਪੂਰਾ ਕਰੀਦਾ ਜੀ। ਇਕੱਲੇ ਇਕੱਲੇ ਟਰੈਕਟਰ ਦੇ ਉੱਤੇ 1.5-2 ਲੱਖ ਰੁਪਏ ਸਾਡਾ ਖਰਚ ਆਇਆ ਸਿਸਟਮਾਂ ਤੇ। ਅੱਛਾ ਹਾਂ ਹਾਂ ਸਾਰੇ ਟਰੈਕਟਰਾਂ ਤੇ, ਇਕੱਲੇ ਸਿਸਟਮ ਤੇ? ਹਾਂ ਜੀ ਸਿਸਟਮਾਂ ਤੇ ਖਰਚਾ ਆਇਆ ਸਾਡੇ ਪੈਸੇ, ਠੀਕ ਹੈ। ਸ਼ੌਂਕ ਪੂਰੇ ਕਰਨੇ ਨੇ ਜਵਾਕਾਂ ਦੇ, ਸ਼ੌਂਕ ਪੂਰੇ ਕਰਨੇ ਨੇ, ਠੀਕ ਆ ਨੀ। ਆਪਾਂ ਨੇ ਕਰਨੀ ਆ ਮਿਹਨਤ, ਅਸੀਂ ਆ ਦੇਖੋ ਲੰਗਰ ਲਾਉਣ ਵਾਲੇ ਬੰਦੇ, ਅਸੀਂ ਤਾਂ ਬਾਬੇ ਨਾਨਕ ਵਾਲੀ ਕਮਾਈ ਖਾਣੀ ਆ, 2 ਨੰਬਰ ਦੀ ਕਦੇ
ਦੇ ਦਿੰਦੇ ਬਾਹਰਲਾ ਬੰਦਾ ਵੀ ਆ ਜਾਂਦਾ ਲੈਣ ਵਾਲੇ ਉਹਨੂੰ ਦਿੰਦੇ ਆ, ਜਿਹੜਾ ਜਾਣ ਪਛਾਣ ਵਾਲਾ ਉਹਨੂੰ ਦਿੰਦੇ ਆ, ਹੁਣ ਤਾਂ ਐਂ ਤਾਂ ਕੁਝ ਪਾ ਕੇ ਲੈ ਜੂ ਤੇ ਸਾਨੂੰ ਤਾਂ ਪਤਾ ਨਹੀਂ ਲੱਗੂ ਕੌਣ ਲੈ ਕੇ ਸਾਡੇ, ਜਾਣ ਪਛਾਣ ਹਾਂ ਜਿਹੜਾ ਬੱਚਾ ਜਿਹੜੇ ਮਰਜ਼ੀ ਪਿੰਡ ਦਾ ਆ ਜਾਵੇ ਜਾਣ ਪਛਾਣ ਵਾਲਾ ਉਹਨੂੰ ਪਵਾ ਦੇਣਾ ਲੈ ਜਾ ਜਿਹੜਾ ਕੋਈ ਮਰਜ਼ੀ। ਫਿਰ ਲਿਜਾਣ ਦਾ ਪ੍ਰੋਸੀਜਰ ਕੀ ਰੱਖਦੇ ਹੋ ਕਿ ਸਿਕਿਉਰਿਟੀ ਰੱਖਦੇ ਹੋ ਕੁਛ, ਕੋਈ ਸਿਕਿਉਰਿਟੀ ਨਹੀਂ ਨਾ, ਕੋਈ ਸਿਕਿਉਰਿਟੀ ਨਹੀਂ ਹੈਗੀ, ਬਸ ਬਲੇ ਨੂੰ ਟਰੈਕਟਰ ਲਿਆਉਣਾ ਅਗਲੇ ਸੰਦ ਪਾ ਕੇ ਲੈ ਜਾਣੇ ਨੇ, ਜਿੰਨੇ ਘੰਟੇ ਲਾਉਣੇ ਨੇ ਉਹ ਹਿਸਾਬ ਨਾਲ ਉਹਨੇ ਪੈਸੇ ਦੇ ਜਾਣੇ ਨੇ। ਫਿਰ ਗਾਹਾਂ ਬੱਚੇ ਇਹ ਚੀਜ਼ ਵਿੱਚ ਹੈ ਇੰਟਰਸਟ ਹੈ? ਹਾਂਜੀ ਹਾਂ ਹੈਗਾ ਹੈਗਾ, ਨਾਲ ਦੇ ਨਾਲ ਨਾਲ ਸਾਰੀ ਖੇਤੀ ਕਰਦੇ ਨੇ, ਸਾਰਾ ਕੁਝ ਕਰਦੇ ਨੇ। ਠੀਕ ਹੈ ਜੀ, ਠੀਕ ਹੈ। ਚਲੋ ਹੋਰ ਇਹਦੇ ਇਹਦੇ ਨਾਲ ਹੋਰ ਕੀ ਰੱਖਿਆ ਤੁਸੀਂ, ਕੀ ਕਹਿੰਦੇ ਸੀ? ਹੋਰ ਘੋੜੀ ਘਾੜੀ ਰੱਖੀ ਆ ਆਪਣਾ, ਸਾਰਾ ਜਗਾੜ ਰੱਖਿਆ ਹੈ ਸਿਸਟਮ। ਹਾਂ ਹਾਂ ਦਿਖਾਉਂਦੇ ਆ, ਚਲੋ ਤੁਹਾਨੂੰ ਸਾਰਾ ਆ ਜਾਓ ਉੱਧਰ, ਚਲੋ ਚਲੋ ਫਿਰ ਆਪਾਂ। ਤਾਂ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਬਾਈ ਜੀ ਨੇ, ਬਾਈ ਜੀ ਉੱਧਰ ਸੰਦ ਸੁਹਾਗਾ ਲੈਦਾ, ਇੱਧਰ ਸਾਰੇ ਸੰਦ ਲੈਦਾ। ਇਹ ਐਂ ਕਹਿੰਦਾ ਵੀ ਇਹ ਅਸੀਂ ਨਿੱਜੀ ਰੱਖੇ ਨੇ ਆਪਣੇ ਅਲੱਗ, ਮਤਲਬ ਖੇਤੀਬਾੜੀ ਵਾਸਤੇ, ਠੀਕ ਹੈ, ਜਿਹੜੇ ਅਸੀਂ ਮਤਲਬ ਕਿਸੇ ਨੂੰ ਦਿੰਦੇ ਨਹੀਂ ਹੈਗੇ, ਦਿੰਦੇ ਨਹੀਂ ਇਹ ਨਹੀਂ, ਇਹ ਸੰਦ ਨਹੀਂ ਦਿੰਦੇ ਹੈਗੇ ਕਿਸੇ ਨੂੰ ਕਿਰਾਏ ਤੇ। ਕਾਰਨ ਕੀ ਆ ਪਤਾ ਕੀ ਆ, ਜਿਵੇਂ ਹੁਣ ਪਰੇ ਮਲਚ ਟਕਿਆ ਹੋਇਆ ਆ, ਤੂੜੀ ਵਾਲੀ ਮਸ਼ੀਨ ਆ, ਉਹ ਸੂਰਜਮੁਖੀ ਬੀਜਣ ਵਾਲੀ ਮਸ਼ੀਨ ਆ, ਆਹ ਟਾਵੇਂ ਹਲ ਖੜੇ ਨੇ ਆ ਇਹ, ਤੇ ਆਹ ਪਲਾਂਟ ਖੜਾ ਆਟੋਮੈਟਿਕ ਜਿਹੜਾ ਆਹ ਟਕਿਆ ਹੋਇਆ, ਤੇ ਆਹ ਰਿਓ ਪਾਉਣੇ ਵਾਲੀ ਮਸ਼ੀਨ ਖੜੀ ਇੱਧਰ, ਉਹ ਤਵੀਆਂ ਖੜੀਆਂ ਨੇ, ਗਾਹਾਂ ਕੱਦੂ ਵਾਲੀਆਂ ਖੜੀਆਂ ਨੇ, ਉਦੋਂ ਗਾਹਾਂ ਫਿਰ ਉਹ ਖੜੇ ਨੇ, ਕੀ ਨਾਮ ਹਾਲ ਆਪਣੇ। ਤੇ ਕਾਰਨ ਪਤਾ ਕੀ ਆ, ਜਿਹੜੇ ਆਪਾਂ ਸੰਦ ਕਿਰਾਏ ਤੇ ਦਿੰਦੇ ਹਾਂ, ਲੋਕ ਵਧੀਆ ਨਹੀਂ ਚਲਾਉਂਦੇ ਸੰਦ, ਵਿੰਗੇ ਟਿੱਡੇ ਕਰ ਦਿੰਦੇ ਨੇ। ਅਸੀਂ ਖੇਤੀ ਕਰਦੇ ਹਾਂ ਸ਼ੌਂਕ ਦੀ, ਠੀਕ ਆ, ਇਸੇ ਕਰਕੇ ਅਸੀਂ ਸਾਰੇ ਦੁਬਾਰਾ ਮਤਲਬ ਆਪਣੇ ਸੰਦ ਅਲੱਗ ਰੱਖੇ ਨੇ ਘਰ, ਜਿਹੜਾ ਵਰਤਦੇ ਹਾਂ ਅਸੀਂ। ਅੱਛਾ, ਇਹ ਸੰਦ ਨਹੀਂ ਅਸੀਂ ਕਿਰਾਏ ਤੇ ਦਿੰਦੇ ਹੈਗੇ, ਬਹੁਤ ਘੱਟ ਦਿੰਦੇ ਅਸੀਂ ਤਾਂ। ਇੱਧਰ ਵੀ ਆਲੂ, ਹਾਂ ਸਾਰਾ ਆਲੂ ਆਪਣੀ ਆ, ਇਹ ਅਲੱਗ ਲਾਏ? ਹਾਂ ਇਹ ਅਲੱਗ ਨੇ, ਮੇਰੇ ਕੋਲ 8-9 ਮੋਟਰਾਂ ਠੇਕੇ ਤੇ ਨੇ ਇਹ। ਅੱਛਾ, ਠੇਕੇ ਤੇ 8-9 ਠੇਕੇ ਤੇ ਨੇ ਮੋਟਰਾਂ, 9 ਮੋਟਰਾਂ ਮੇਰੇ ਕੋਲ ਠੇਕੇ ਤੇ ਹੀ ਨੇ, ਠੀਕ ਹੈ। ਤੇ ਇਹ ਆਪਣੀ ਘਰ ਦੀ ਜ਼ਮੀਨ ਆ ਇਹ, ਤੇ ਉਹ ਸਾਰੀਆਂ ਆਪਣੇ ਕੋਲ ਠੇਕੇ ਤੇ ਦੀਆਂ ਉੱਧਰ, ਠੀਕ ਹੈ। ਹਾਂ ਠੇਕੇ ਦੇ ਖੇਤੀ ਕਰਦੇ ਅਸੀਂ। ਮਤਲਬ 8-9 ਮੋਟਰਾਂ ਦੇ ਉੱਪਰ ਬੰਦੇ ਕਿੰਨੇ ਕੁ ਰੱਖੇ ਹੋਏ ਨੇ? ਜਿਵੇਂ ਬੰਦਾ ਕੋਈ ਨਹੀਂ, ਇੱਕ ਬੰਦਾ ਰੱਖਿਆ ਆ। ਅੱਛਾ, ਇੱਕ ਬੰਦਾ ਰੱਖਿਆ, ਇੱਕ ਬੰਦਾ ਰੱਖਿਆ, ਆਪ ਕਰੀਦਾ ਕੰਮ ਉਹਦੇ ਨਾਲ? ਆਪ ਕਰਦਾ, ਆਪ ਕਰੀਦਾ ਉਹਦੇ ਨਾਲ, ਠੀਕ ਹੈ। ਹਾਂ ਹਾਂ, ਯਾਨੀ ਕਿ ਤਾਂ ਹੀ ਇਹ ਰਾਜ ਵੀ ਜਿਹੜਾ ਸਫਲ ਕਿਸਾਨ ਵਾਲਾ ਤਾਂ ਹੀ ਆ। ਹਾਂ ਹਾਂ, ਨਾ ਨਾ ਆਪਣਾ ਨੀਤੀ ਬਣਾਈ ਆ, ਆਪਾਂ ਨੇ ਉੱਥੇ ਜਾ ਕੇ ਬਾਹਰ ਜਾ ਕੇ ਵੀ ਤਾਂ ਇਹੀ ਕੰਮ ਕਰਨੇ ਨੇ, ਕਿਉਂ ਨਾ ਆਪਣੇ ਹੀ ਕਰ ਲਓ ਇੱਥੇ, ਨਾਲੇ ਆਪਣੇ ਪੰਜਾਬ 'ਚ ਰਹਾਂਗੇ, ਹੈ ਨਹੀਂ? ਵੀ ਆਪਣਾ, ਕਿਉਂਕਿ ਉੱਥੇ ਵੀ ਮੰਨ ਲਓ ਡਬਲ ਡਬਲ ਸ਼ਿਫਟਾਂ ਲਾਉਂਦੇ ਆ, 16 ਘੰਟੇ ਬੰਦਾ ਲਾਉਂਦਾ, 15-16 ਇੱਥੇ, ਅਗਰ ਤੁਸੀਂ ਬਾਹਰ ਤੁਸੀਂ 8-16 ਘੰਟੇ ਕੰਮ ਕਰਦੇ, ਇੱਥੇ 8 ਘੰਟੇ ਕਰ ਲਓ, ਉਹ 16 ਘੰਟੇ ਨਾਲੋਂ ਵੀ ਅੱਗੇ ਆ। ਸਹੀ, ਪਰ ਲੇਕਿਨ ਆਪਾਂ ਇੱਥੇ ਕਰਦੇ ਨਹੀਂ ਹੈਗੇ, ਆਪਣੇ ਕਰਦੇ ਨਹੀਂ ਹੈਗੇ, ਬਹੁਤ ਘੱਟ ਬੰਦੇ ਕਰਦੇ ਨੇ ਕੰਮ। ਹਾਂ, ਜਿਹਦੇ ਕੋਲ ਜ਼ਿਆਦਾ ਜ਼ਮੀਨ ਆ, ਮਤਲਬ ਉਹ ਤਾਂ ਚਾਹੁੰਦੇ ਨਹੀਂ ਵੀ ਮੈਂ ਕੰਮ ਕਰਾਂ, ਉਹ ਤਾਂ ਮਤਲਬ ਆਰਡਰ ਮਾਰਨੇ ਵਾਲੇ ਨੇ। ਜੇ ਬੰਦਾ ਆਰਡਰ ਨਾ ਮਾਰੇ ਕਹਿੰਦਾ, ਜਿਵੇਂ ਬਾਹਰ ਜਾ ਕੇ ਬੰਦਾ ਕੰਮ ਕਰਦਾ, ਉਹ ਕੰਮ ਇੱਥੇ ਕਰੇ ਤੇ ਮਤਲਬ ਉਹ ਕਨੇਡਾ ਕੀ ਅਮਰੀਕਾ ਸਭ ਨੂੰ ਫੇਲ ਕਰ ਦੇਵੇ ਬੰਦਾ। ਅੱਛਾ, ਇੱਧਰ ਆ ਕੇ ਆ ਰਹੀਆਂ ਵੀ ਆਪਣੇ ਘਰ? ਹਾਂ ਹਾਂ, ਇਹ ਮਤਲਬ ਲਾਈ ਆ, ਸਬਜ਼ੀ ਸੁਬਜ਼ੀ ਬੀਜੀ ਹੋਈ ਆ। ਅੱਛਾ, ਆਹ ਘੋੜੀ ਰੱਖੀ ਹੋਈ ਆ, ਪਰ ਮੈਂ ਲਾਹੀ ਕਰਾਂ, ਇਹਦਾ ਕੱਪੜਾ ਲਾਹੀ ਉੱਤੋਂ, ਠੀਕ ਆ। ਇਹ ਕਦ ਲਿਆਂਦੀ ਆ ਫਿਰ? ਇਹ ਤਾਂ ਕੱਦੀ ਹੋ ਲਿਆਂਦੀ ਹੋਈ ਆ ਆਪਣੀ ਇਹ। ਅੱਛਾ, ਹਾਂ ਹਾਂ, ਛੋਟਾ ਬਛੇਰਾ ਪਾਲਿਆ ਸੀ ਫਿਰ? ਹਾਂ, ਬਛੇਰਾ ਪਾਲਿਆ ਦੀ ਇਹ, ਠੀਕ ਆ। ਤੇ ਇਹ ਨਸਲ ਕਿਹੜੀ ਆ ਜੀ ਇਹ? ਇਹ ਮਾਲਵਾੜੀ ਆ ਜੀ। ਅੱਛਾ, ਮਾਲਵਾੜੀ ਨਸਲ ਆ ਇਹ, ਠੀਕ ਆ, ਠੀਕ ਆ। ਤੇ ਹੁਣ ਫਿਰ ਇਹ ਜਿਵੇਂ ਮੰਨ ਲਓ, ਅੱਛਾ ਉੱਪਰ ਜਿਹੜੇ ਇਹਦੇ ਜੁੜਦੇ ਨੇ, ਹਨਾ ਕੰਨ? ਹਾਂ, ਬਸ ਇਹਦੀ ਇਹਦੀ ਕੀਮਤ ਹੈ ਇਹਦੀ, ਠੀਕ ਆ, ਠੀਕ। ਹਾਂ ਹਾਂ, ਤੇ ਇਹ ਫਿਰ ਬੱਚੇ ਵੀ ਤੁਹਾਡੇ ਨਾਲ ਕਰਾਉਂਦੇ ਨੇ ਸਾਰਾ? ਸਾਰੇ ਬੱਚੇ ਹੀ, ਮਤਲਬ ਸ਼ੌਂਕ ਬੱਚਿਆਂ ਦਾ ਹੀ ਆ ਇਹ, ਹੈ ਨਹੀਂ? ਅੱਛਾ, ਬੱਚਿਆਂ ਨੇ, ਦੇਖੋ ਮੇਰੀ ਗੱਲ ਸੁਣੋ, ਕੋਈ ਵੀ ਸ਼ੌਂਕ ਹੁੰਦਾ, ਕੋਈ ਵੀ ਇਕੱਲਾ ਬਾਪ ਨਹੀਂ ਕਰ ਸਕਦਾ, ਜੇ ਬੱਚੇ ਨਾਲ ਨੇ ਤਾਂ ਹੀ ਸਾਰੇ ਸ਼ੌਂਕ ਪੂਰੇ ਹੁੰਦੇ ਨੇ। ਹਾਂ ਹਾਂ, ਮੁੰਡਾ ਕਹਿੰਦਾ ਵੀ ਆਪਾਂ ਘੋੜੀ ਲੈਣੇ, ਮੰਨ ਲਿਆਓ, ਕੋਈ ਗੱਲ ਨਹੀਂ। ਨਾਲੇ ਨਾਲੇ ਇੱਕ ਹੋਰ ਆ ਕਹਿੰਦਾ, ਗੁਰੂ ਨੇ ਤਾਂ ਕਿਹਾ ਵੀ ਘੋੜੀਆਂ ਰੱਖਣੀਆਂ ਚਾਹੀਦੀਆਂ ਨੇ, ਘੋੜੀ ਰੱਖਣੀ, ਹਥਿਆਰ ਰੱਖਣੇ ਵਿਰਸੇ ਚ ਨੇ, ਠੀਕ ਆ ਨਹੀਂ? ਤੇ ਇਸ ਕਰਕੇ ਅਸੀਂ ਤਾਂ ਭਾਈ ਘੋੜੀ ਜ਼ਰੂਰ ਪਾਲੀ ਆ, ਗੁਰੂ ਦੇ ਪਾਲਣ ਕਰਨਾ ਹੀ ਕਰਨਾ ਗੁਰੂ ਦਾ, ਗੁਰੂ ਸਾਹਿਬ ਨੇ ਚੀਜ਼ਾਂ ਕਹੀਆਂ ਨੇ, ਜਿਹੜੀਆਂ ਕਹੀਆਂ ਨੇ ਗੁਰੂ ਨੇ, ਮਤਲਬ ਉਹ ਸਾਰੀਆਂ ਕਰਨੀਆਂ ਕਰਨੀਆਂ ਨੇ ਅਸੀਂ। ਇਹਦਾ ਜਾਣੀ ਕਿ ਮੰਨ ਲਓ ਜਿਵੇਂ ਹੁਣ ਤੁਸੀਂ ਰੱਖੀ ਹੋਈ ਆ, ਇਹਦਾ ਵੀ ਹੁੰਦਾ ਤਾਂ ਬੱਚਿਆਂ ਲਈ ਕੰਮ ਹੈ ਜਾਨ ਇਹ? ਹਾਂ, ਇਹ ਮਤਲਬ ਜਿਵੇਂ ਬੰਦੇ ਦਾ ਜਵਾਕਾਂ ਵਾਂਗੂ ਇਹ ਪਾਲਣੀ ਪੈਂਦੀ ਆ ਇਹ। ਤੇ ਇਹਦਾ ਮੰਨ ਲਓ ਜੇ ਪੁੱਛਾਂ ਮੈਂ ਤਾਂ ਡੇਲੀ ਦਾ ਖਰਚਾ ਕਿੰਨਾ ਕੁ ਹੋ ਜਾਂਦਾ ਫਿਰ ਘੋੜੀ ਦਾ ਵੀ, ਘੋੜੀ ਦਾ, ਕਿਉਂਕਿ ਇਹ ਸੌਖੇ ਨਹੀਂ ਕਹਿੰਦੇ ਜਾਨਵਰ ਪਾਲਣੇ ਤਾਂ? ਇਹ ਤੁਸੀਂ ਦੇਖ ਲਓ ਬਈ, ਮਤਲਬ ਰੋਜ਼ 2 ਕਿਲੋ ਛੋਲੇ ਖਾਂਦੀ ਆ। ਅੱਛਾ, 2 ਕਿਲੋ ਛੋਲੇ ਸਵੇਰੇ ਤੇ ਸ਼ਾਮ ਨੂੰ 2-3 ਕਿਲੋ ਅਸੀਂ ਦਾਣਾ ਬਣਾਇਆ ਹੋਇਆ, ਮਤਲਬ ਅਲਸੀ ਮਤਲਬ ਪਾ ਕੇ ਆਏ, ਛੋਲੇ ਛਾਲੇ ਵਿੱਚ ਛਿਲਕਾ ਛਿਲਕਾ ਪਾ ਕੇ, ਤੇ ਉਹ 2-3 ਕਿਲੋ ਸ਼ਾਮ ਨੂੰ ਉਹ ਖਾਂਦੀ ਆ। ਅੱਛਾ, ਬਾਕੀ ਤੁਹਾਨੂੰ ਪਤਾ ਵੀ ਕੱਖ ਤਾਂ ਇਹਨੇ ਬੰਦੇ ਨਾਲੋਂ ਵੀ ਵੱਧ ਸਾਫ਼ ਸੁਥਰੇ ਖਾਣੇ ਨੇ। ਠੀਕ ਆ ਜੀ, ਤੇ ਫਿਰ ਇਹਦੇ ਨਾਲ ਨਾਲ ਘੋੜ ਸਵਾਰੀ ਵੀ ਕਰਦੇ ਹੋ? ਹਾਂ ਕਰਦੇ ਹਾਂ, ਕਰਦੇ ਹੋ? ਹਾਂ ਹਾਂ, ਠੀਕ ਹੈ, ਠੀਕ ਹੈ। ਘੋੜ ਸਵਾਰੀ ਕਿੰਨੀ ਆ ਹੁਣ? ਇਹ 2 ਸਾਲ ਦੀ ਹੋ ਗਈ। 2 ਸਾਲ ਦੀ ਹੋ? ਹਾਂ ਹਾਂ, ਠੀਕ ਹੈ, ਠੀਕ ਹੈ। ਇਹਦੇ ਨਾਲ ਤੁਸੀਂ ਅੰਤਰ ਵੀ ਦਿਖਾ ਰਹੇ ਸੀਗੇ, ਹਾਂ, ਜੋ ਕਿਸਾਨੀ ਅੰਦੋਲਨ ਦੀ ਜਿਹੜੀ ਨਿਸ਼ਾਨੀ ਰੱਖੀ ਹੋਈ, ਹਾਂ,
ਕਿਸਾਨੀ ਅੰਦੋਲਨ ਚ ਰਹੇ ਕਿੰਨਾ ਟਾਈਮ ਹੋ ਤੁਸੀਂ? ਅਸੀਂ ਤਾਂ ਸਾਲ ਉੱਥੇ ਰਹੇ ਹਾਂ, ਸਾਲ ਉੱਥੇ ਰਹੇ ਹਾਂ, ਉੱਥੇ ਰਹੇ ਹਾਂ ਅਸੀਂ, ਮਤਲਬ ਆ ਜਾਂਦੇ ਤੇ ਚਲੇ ਜਾਂਦੇ ਸੀ। ਥੋੜੇ ਦੱਸ ਰਹੇ ਸੀ ਪਿੰਡ ਦੇ ਵੀ, ਉਹ ਕਹਿੰਦੇ 4-4 ਮਹੀਨੇ ਦਾ ਮੁੜਦੇ ਹੀ ਨਹੀਂ ਸੀ। ਨਾ ਅਸੀਂ ਤਾਂ ਉੱਥੇ ਮਤਲਬ ਆਉਂਦੇ ਜ਼ਰੂਰ ਸੀ ਅਸੀਂ, ਮੁੜ ਕੇ ਦੁਬਾਰਾ ਫਿਰ ਚਲੇ ਜਾਂਦੇ ਸੀ। ਉੱਥੇ ਮਾਰੋ ਦੇਖੋ ਤੇ ਨਿਸ਼ਾਨੀ ਉੱਪਰ ਉਹ ਝੂਲਦੀ ਆ, ਉੱਤੇ ਸਾਰੀ ਨਿਸ਼ਾਨੀਆਂ ਸਾਡੀਆਂ। ਪਾਸੇ ਦਾ ਕੇਸਰੀ ਨਿਸ਼ਾਨ ਸਾਹਿਬ ਤੇ ਇਧਰਲੇ ਪਾਸੇ ਨੋ ਫਾਰਮਰ ਨੋ ਫੂਡ ਵਾਲਾ ਜਿਹੜਾ ਹਾਂ ਲੱਗਿਆ ਝੰਡਾ ਉੱਤੇ ਉਸ ਸਮੇਂ। ਹਾਂ ਤੇ ਆਹ ਛੰਨ ਬਣਾਈ ਆ ਫਿਰ ਆਪਾਂ ਨੇ ਕਿਸਾਨੀ ਅੰਦੋਲਨ ਵਾਂਗ ਜਿਹੜੀ ਚੀਜ਼ ਸੀਗੀ ਛੰਨ। ਅੱਛਾ ਇਹ ਘਰੇ ਤਾਂ ਆਧੁਨਿਕ ਬਣਾ ਲਈ ਛੰਨ, ਤੁਸੀਂ ਉੱਥੇ ਦਾ ਦੂਏ ਲੋੜ ਸੀ ਹੈ ਨਾ? ਨਾ ਇੱਥੇ ਪੱਕੀ ਬਣਾ ਲਈ ਆਪਾਂ ਨੇ ਵੀ ਯਾਦ ਰਹੇ ਬੰਦੇ ਨੂੰ ਵੀ ਮਤਲਬ ਅਸੀਂ ਅੰਦੋਲਨ ਲੜਿਆ ਸੀ ਕਿਸੇ ਟਾਈਮ ਦਿੱਲੀ ਜਾ ਕੇ, ਯਾਦ ਹੋਣਾ ਚਾਹੀਦਾ ਹੈ ਨਾ। ਅੱਛਾ ਇਹ ਫਿਰ ਉੱਪਰ ਪੱਖਾ ਪੁੱਖਾ ਸਾਰਾ ਸਾਰਾ ਸਿਸਟਮ ਲੱਗਿਆ ਸਾਰਾ ਹੀ, ਉੱਤੇ ਗੱਦੇ ਇਹਦੇ ਡਲਪ ਦੇ ਗੱਦੇ ਲੱਗੇ ਨੇ। ਅੱਛਾ ਮਤਲਬ ਗਰਮੀ ਨਾ ਲੱਗੇ। ਅੱਛਾ ਉੱਪਰ 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 ਨਾ ਉੱਪਰ ਬਾਂਸ ਆ, ਥੱਲੇ ਗੱਦੇ ਲਾਏ ਨੇ ਇਹਦੇ। ਅੱਛਾ ਬਾਂਸ ਦੇ ਥੱਲੇ? ਹਾਂ ਬਾਂਸ ਦੇ ਥੱਲੇ ਗੱਦੇ ਲਾਏ ਨੇ ਤਰਪਾਲ ਪਾ ਕੇ। ਉੱਥੇ ਆਪਣੀ ਟੈਂਪਰੇਰੀ ਸੀਗੀ, ਇੱਥੇ ਪੱਕੀ ਲਾ ਲਈ, ਇੱਥੇ ਪੱਕੇ ਏੜੇ ਗੜਤੇ ਆਪਾਂ ਨੇ ਇਹ। ਅੱਛਾ ਇੱਧਰ ਤਖਤ ਬੋਸ਼ ਲਾ ਲਿਆ। ਹਾਂ ਮਤਲਬ ਬੈਠਣ ਬੁੱਠਣ ਨੂੰ ਬੰਦੇ ਆ ਜਾਂਦੇ ਨੇ ਆਹ ਚੀਜ਼। ਹਾਂ 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 ਠੀਕ ਹੈ। ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖਦੇ ਹੋ ਤੁਸੀਂ, ਯਾਦਾਂ ਕਿਹੜੀਆਂ ਨੇ ਕਿਸਾਨੀ ਅੰਦੋਲਨ? ਦੇਖੋ ਜਿਹੜੀਆਂ ਉਹ ਯਾਦਾਂ ਦੀਆਂ ਉਹ ਤਾਂ ਨਹੀਂ ਮੁੜ ਕੇ ਆਉਣੀਆਂ, ਠੀਕ ਆ, ਉਹ ਤਾਂ ਵੱਖਰੀਆਂ ਯਾਦਾਂ ਦੀਆਂ। ਉਹ ਤਾਂ ਇੱਕ ਐਂ ਤੀ ਮਤਲਬ ਇੱਕ ਮਰਨ ਮਰਾਉਣ ਤੇ ਬੰਦੇ ਹੋਏ ਪੈ ਦੀ ਜਦ ਉਸ ਟਾਈਮ ਤਾਂ ਵੀ ਆਪਾਂ ਨੇ ਅਣਖ ਦਾ ਸਵਾਲ ਆ, ਪੱਗ ਦਾ ਸਵਾਲ ਆ ਇਹ ਆਪਣਾ ਵੀ ਆਪਾਂ ਨੇ ਇਹ ਜਿੱਤ ਕੇ ਜਾਣਾ ਇੱਥੋਂ ਮੋਰਚਾ, ਤੇ ਜਿੱਤ ਕੇ ਵੀ ਆਏ ਆ, ਉਹ ਜਿੱਤੇ ਹੋਈ। ਹਾਂ ਪਰ ਇਹ ਸਾਰੀ ਦੇਣ ਵਾਹਿਗੁਰੂ ਦੀ ਐ ਨਹੀਂ, ਉਹੀ ਕਰਾਉਂਦਾ ਜਿਹੜਾ ਕੁਛ ਕਰਾਉਂਦਾ, ਬੰਦੇ ਦੇ ਹੱਥ ਕੁਛ ਨਹੀਂ ਹੈਗਾ। ਤਾਂ ਕੀ ਕਹਿਣਾ ਚਾਹੋਗੇ ਫਿਰ ਇਹ ਸਫਲ ਕਿਸਾਨ ਨੂੰ ਅੱਜ ਮਿਲੇ ਹਾਂ ਅਸੀਂ, ਮਤਲਬ ਜਿਹੜੇ ਲੋਕ ਆਪਣੇ ਇੱਥੋਂ ਜ਼ਮੀਨਾਂ ਵੇਚ ਵੇਚ ਕੇ ਬਾਹਰ ਨੂੰ ਜਾਈ ਜਾਂਦੇ ਨੇ, ਜਿਹੜੇ ਕਹਿੰਦੇ ਨੇ ਵੀ ਇੱਥੇ ਹੈ ਹੀ ਕੁਛ ਨਹੀਂ, ਹੁਣ ਰਿਹਾ ਹੀ ਕੁਛ ਨਹੀਂ। ਮਤਲਬ ਇੱਕ ਗਾਣਾ ਵੀ, ਮਤਲਬ ਤੁਸੀਂ ਬੀਤ ਬਲਜੀਤ ਉਹਨਾਂ ਲਿਖਿਆ, ਗੁਰੂ ਨਾਨਕ ਦੇ ਖੇਤਾਂ 'ਚੋਂ ਬਰਕਤ ਨਹੀਂ ਜਾ ਸਕਦੀ, ਜਿਹੜਾ ਗੁਰੂਆਂ ਦੇ ਨਾਮ 'ਤੇ ਪੰਜਾਬ ਵੱਸਦਾ, ਜਿਹੜੇ ਪੰਜਾਬ ਨੇ ਗੁਰੂਆਂ ਤੋਂ ਸੇਧ ਲੈ ਕੇ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਇੰਨੀਆਂ ਮੱਲਾਂ ਮਾਰੀਆਂ ਨੇ, ਉਸ ਧਰਤੀ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਫਿਊਚਰ ਨਹੀਂ ਦਿਖਦਾ ਇੱਥੇ? ਦੇਖੋ ਪਤਾ ਕੀ ਆ, ਇਹ ਕਈ ਦੀ ਸੋਚ ਹੁੰਦੀ ਆ ਬਹੁਤ ਬੜੀ, ਮੈਂ ਪਤਾ ਨਹੀਂ ਕੀ ਕਰ ਲੂੰਗਾ, ਪਰ ਲੇਕਿਨ ਜੋ ਪੰਜਾਬ ਆ ਉਹ ਪੰਜਾਬ ਹੀ ਰਹਿਣਾ, ਨਾ ਉਹ ਬਦਲਿਆ ਨਾ ਬਦਲਣਾ ਉਹ ਕਿਸੇ ਤੋਂ ਵੀ, ਔਰ ਨਾ ਇੱਥੋਂ ਮੁੱਕਣਾ ਕੁਛ ਵੀ, ਕਿਉਂਕਿ ਇਹ ਗੁਰੂ ਨਾਨਕ ਦੀ ਖੇਤੀ ਆ, ਇਹਦੇ ਵਿੱਚੋਂ ਹਰੇਕ ਬੰਦਾ ਕਾਮਯਾਬ ਹੁੰਦਾ, ਔਰ ਸਾਫ਼ ਸੁਥਰੀ ਖੇਤੀ ਆ ਇਹ, ਸਭ ਤੋਂ ਮਤਲਬ ਵਧੀਆ ਉੱਤਮ ਖੇਤੀ ਕਹਿੰਦੇ ਜਿਹਨੂੰ ਉਹ ਆ, ਠੀਕ ਆ ਨਹੀਂ, ਮਤਲਬ ਇਹਦੇ 'ਚ ਬੰਦਾ ਕਦੇ ਵੀ ਬੰਦਾ ਫੇਲ ਨਹੀਂ ਹੁੰਦਾ, ਅਗਰ ਤੁਸੀਂ ਦਿਲੋਂ ਸਾਫ਼ ਦਿਲੋਂ ਖੇਤੀ ਕਰਦੇ ਹੋ, ਤੁਸੀਂ ਕਿਸੇ ਦਾ ਮਤਲਬ ਅੱਗਾ ਨਾ ਮਾਰੋ, ਕਿਸੇ ਦੀ ਮਤਲਬ ਮਿਹਨਤ ਨਾ ਮਾਰੋ, ਤਾਂ ਬੰਦਾ ਕਦੇ ਵੀ ਫੇਲ ਨਹੀਂ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ। ਅਗਰ ਤੁਹਾਡੇ ਦਿਲ ਦੇ ਵਿੱਚ ਪਾਪ ਆ ਹਰ ਟਾਈਮ, ਤੁਸੀਂ ਦੇਖਣਾ ਵੀ ਮਤਲਬ ਅਸੀਂ ਇੱਥੋਂ ਹੀ ਮਾਰੀਏ ਇੱਥੋਂ ਹੀ ਮਾਰੀਏ, ਤਾਂ ਉਹ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਹੈਗਾ ਜੀ। ਤਾਂ ਬਾਈ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ, ਅਤੇ ਤੁਸੀਂ ਆਪਣੀਆਂ ਜਿਹੜੀਆਂ ਤਜ਼ਰਬੇ ਨੇ ਉਹ ਸਾਂਝੇ ਕੀਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸੇਹ ਪਿੰਡ ਦੇ ਵਿੱਚ ਸੀ, ਅਤੇ ਸਫਲ ਕਿਸਾਨ ਜਿਹੜੇ ਨੌਜਵਾਨ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਖੇਤੀ ਦੇ ਵਿੱਚ ਕੁਛ ਨਹੀਂ ਰੱਖਿਆ, ਅਤੇ ਬਾਈ ਜੀ ਕੋਲ 5 ਕਿੱਲੇ ਨੇ ਅਤੇ 40 ਕਿੱਲਿਆਂ ਦੀ ਖੇਤੀ ਕਰਦੇ ਨੇ, ਅਤੇ 40 ਕਿੱਲਿਆਂ ਦੀ ਖੇਤੀ ਵੀ ਕਰਦੇ ਨੇ, ਤੁਸੀਂ ਘਰ ਬਾਰ ਵੀ ਦੇਖ ਰਿਹਾ, ਸ਼ੌਂਕ ਵੀ ਪੂਰੇ ਕਰਦੇ ਨੇ, ਸੰਦ ਸੁਹਾਗੇ ਵੀ ਸਭ ਕੁਛ ਪੂਰਾ, ਤਾਂ ਲੋੜ ਆ ਕਿਤੇ ਨਾ ਕਿਤੇ ਸਾਡੀ ਧਰਤੀ ਨਾਲ ਜੁੜੀਏ, ਸਾਡੀ ਧਰਤੀ ਦੀ ਜਿਹੜੀ ਵੈਲਿਊ ਆ ਜਿਹੜੀ ਕੀਮਤ ਆ ਉਹਨੂੰ ਸਮਝੀਏ, ਅਤੇ ਸਾਡੇ ਪੰਜਾਬ ਨੂੰ ਹਰਿਆ ਭਰਿਆ ਰੱਖੀਏ, ਅਤੇ ਸਫਲ ਕਿਸਾਨੀ ਵੱਲ ਪੈਰ ਮੋਰੀਏ। ਤਾਂ ਇਹ ਸੀ ਬਾਈ ਜੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੇਹ ਦੇ ਵਾਸੀ, ਜਿਨ੍ਹਾਂ ਕੋਲ 5 ਕਿੱਲੇ ਜ਼ਮੀਨ ਦੇ ਨੇ ਪਰ 40 ਕਿੱਲਿਆਂ ਦੀ ਖੇਤੀ ਕਰਦੇ ਨੇ, ਜਿਹੜੇ ਨੌਜਵਾਨ ਜਿਹੜੇ ਲੋਕ ਕਹਿੰਦੇ ਨੇ ਪੰਜਾਬ ਦੇ ਵਿੱਚ ਕੁਝ ਨਹੀਂ ਬਚਿਆ, ਖੇਤੀ ਦੇ ਵਿੱਚ ਕੁਝ ਨਹੀਂ ਬਚਿਆ ਨਾ ਬਚਦਾ, ਤਾਂ ਉਹਨਾਂ ਵਾਸਤੇ ਪ੍ਰੇਰਨਾ ਸਰੋਤ ਨੇ ਕਿ ਖੇਤੀ ਦੇ ਵਿੱਚੋਂ ਕਿਵੇਂ ਕੁਝ ਨਾ ਕੁਝ ਬਚ ਸਕਦਾ, ਕਿਉਂਕਿ ਗੁਰੂ ਸਾਹਿਬਾਨ ਨੇ ਕਿਹਾ ਕਿ ਖੇਤੀ ਉੱਤਮ ਹੈ, ਉੱਤਮ ਚੀਜ਼ ਦੇ ਵਿੱਚੋਂ ਜਿਹੜੀ ਗੁਰੂ ਸਾਹਿਬਾਨ ਨੇ ਕਹੀ ਆ, ਫਿਰ ਉਹ ਫਾਇਦੇਮੰਦ ਕਿਵੇਂ ਨਹੀਂ ਹੋ ਸਕਦੀ, ਉਹ ਨੁਕਸਾਨਦਾਇਕ ਕਿਵੇਂ ਹੋ ਸਕਦੀ ਆ? ਤਾਂ ਸਾਨੂੰ ਵੀ ਲੋੜ ਆ ਕਿਤੇ ਨਾ ਕਿਤੇ ਅਜਿਹੇ ਕਿਸਾਨਾਂ ਤੋਂ, ਅਜਿਹੇ ਵੀਰਾਂ ਤੋਂ ਸਿੱਖਿਆ ਲੈ ਕੇ ਚੱਲਣ ਦੀ, ਅਤੇ ਆਪਣੀ ਧਰਤੀ ਦੀ ਕੀਮਤ ਹੈ ਉਹਨੂੰ ਸਮਝੀਏ, ਅਤੇ ਇਸ ਪੰਜਾਬ ਨੂੰ ਹਰਿਆ ਭਰਿਆ ਬਣਾਈਏ। ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ, ਪ੍ਰੋ ਪੰਜਾਬ ਟੀਵੀ ਲੁਧਿਆਣਾ।